ਹਾਂਜੀ ਸ਼ੁਰੂ ਕਰਦੇ ਆਪਾਂ ਸਸਤਿ ਗੁਰਾਂ ਸਾਰਿਆਂ ਨੂੰ ਆਈ ਹੋਪ ਤੁਹਾਡੀ ਸਟੱਡੀ ਬਹੁਤ ਵਧੀਆ ਚੱਲ ਰਹੀ ਹੋਊਗੀ ਤੁਹਾਡੇ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਟੱਡੀ ਲਵਰ 247 ਆਪਣੇ ਰਾਜੇ ਟੈਂਸ ਚੱਲ ਰਹੇ ਹੈ ਓਕੇ ਪ੍ਰੈਜ਼ੈਂਟ ਆਪਾਂ ਕੰਟੀਨਿਊਸ ਟੈਂਸ ਕਰਾਂਗੇ ਅੱਜ ਕੰਟੀਨਿਊਸ ਕਰਾਂਗੇ ਸਟਾਰਟ ਸਾਰਾ ਠੀਕ ਹੈ ਆਪਾਂ ਪ੍ਰੈਜ਼ੈਂਟ ਪਾਸਟ ਔਰ ਫਿਊਚਰ ਆਪਾਂ ਤੈਨੂੰ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਓਕੇ ਤੇ ਤੁਸੀਂ ਰਿਵੀਜ਼ਨ ਜਿਹੜੀ ਆਪਣੀ ਜਾਰੀ ਰੱਖਣੀ ਹੈ ਮੈਂ ਤੁਹਾਨੂੰ ਇੱਕ ਵਾਰੀ ਓਵਰਵਿਊ ਦਿੰਨਾ ਆਪਾਂ ਕੀ ਕੁਛ ਕੀਤਾ ਆ ਆਪਾਂ ਪਹਿਲਾਂ ਟੈਂਸ ਦੇਖਿਆ ਸੀ ਇਸ ਦਾ ਕੀ ਏਜੰਡਾ ਹੈ ਓਕੇ ਉਸ ਤੋਂ ਬਾਅਦ ਫਿਰ ਆਪਾਂ ਦੇਖਿਆ ਸੀ ਕਿ ਵੀ ਟਾਈਮ ਦੇ ਨਾਲ ਜਿਹੜਾ ਐਕਸ਼ਨ ਹੁੰਦਾ ਉਹਨੂੰ ਆਪਾਂ ਟੈਂਸ ਕਹਿੰਦੇ ਆ ਫਿਰ ਆਪਾਂ ਟਾਈਮ ਦੇਖਿਆ ਠੀਕ ਹੈ ਟਾਈਮ ਕਿੰਨੇ ਤਰ੍ਹਾਂ ਦਾ ਹੈਗਾ ਪ੍ਰੈਜ਼ੈਂਟ ਹੈ ਪਾਸਟ ਹੈ ਫਿਊਚਰ ਹੈ ਮਤਲਬ ਵੀ ਜਿਹੜਾ ਟਾਈਮ ਇੱਕ ਤਾਂ ਚੱਲ ਰਿਹਾ ਇੱਕ ਜਿਹੜਾ ਸਮਾਂ ਬੀਤ ਚੁੱਕਿਆ ਔਰ ਇੱਕ ਸਮਾਂ ਜਿਹੜਾ ਆਪਣਾ ਆਉਣ ਵਾਲਾ ਉਹਨੂੰ ਬੋਲਾਂਗੇ ਫਿਊਚਰ ਟੈਂਸ ਬੋਲਾਂਗੇ ਆਪਾਂ ਓਕੇ ਅੱਗੇ ਫਿਰ ਆਪਾਂ ਇਨਡੈਫਿਨਿਟ ٹینس ਕੀਤਾ ਜਿਹੜੀ ਆਪਣਾ ਲੈਕਚਰ ਨੰਬਰ 2 ਆਇਆ ਹਨਾ ਉਹਦੇ ਵਿੱਚ ਆਪਾਂ ਇਨਡੈਫਿਨਿਟ ਦੀ ਪਾਸਟ ਤੇ ਫਿਊਚਰ ਠੀਕ ਹੈ ਦੋਨੇ ਕੀਤੀਆਂ ਆਪਾਂ ਇਹਦੇ ਵਿੱਚ ਜਿਹੜਾ ਹੈਗਾ ਸਾਰਾ ਤੁਸੀਂ ਦੇਖਣਾ ਆਪਾਂ ਐਗਜ਼ਾਮਪਲਸ ਨਾਲ ਬਿਲਕੁਲ ਅچھے ਤਰੀਕੇ ਨਾਲ ਸਮਝਿਆ ਸੀ ਓਕੇ ਇੱਥੇ ਤੱਕ ਪਹੁੰਚ ਗਏ ਸੀ ਆਪਾਂ ਔਰ ਤੁਸੀਂ ਚੈਨਲ ਨੂੰ ਕੀ ਕਰਨਾ ਹੈ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਨਾ ਕਮੈਂਟ ਕਰਕੇ ਦੱਸਣਾ ਹੈ ਵੀਡੀਓ ਕਿੱਦਾਂ ਦੀ ਬਣ ਰਹੀ ਹੈ ਔਰ ਸ਼ੇਅਰ ਕਿੱਥੇ ਕਰਨਾ ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਓਕੇ ਸਕੂਲ ਦੇ ਵਿੱਚ ਜਿੱਥੇ ਵੀ ਤੁਹਾਨੂੰ ਵੀਡੀਓ ਮਿਲ ਰਹੀ ਹੈ ਆਪਣੇ ਫਰੈਂਡ ਸਰਕਲ ਦੇ ਵਿੱਚ ਤੁਸੀਂ ਸ਼ੇਅਰ ਕਰ ਸਕਦੇ ਹੋ ਓਕੇ ਨਊ ਆਪਾਂ ਅੱਜ ਕਰਾਂਗੇ ਕੰਟੀਨਿਊਸ ਟੈਂਸਰ ਕੰਟੀਨਿਊਸ ਕੰਟੀਨਿਊਸ ਦਾ ਮਤਲਬ ਹੀ ਹੁੰਦਾ ਜਿਹੜਾ ਕੰਮ ਚੱਲ ਰਿਹਾ ਹੈ ਜਿਹੜਾ ਕੰਮ ਆਪਣਾ ਚੱਲ ਰਿਹਾ ਹੈ ਕੋਈ ਕੰਮ ਚੱਲ ਰਿਹਾ ਚਾਹੇ ਤਾਂ ਉਹ ਪ੍ਰੈਜ਼ੈਂਟ ਦੇ ਵਿੱਚ ਚੱਲ ਰਿਹਾ ਹੈ ਅੱਜ ਹੁਣੇ-ਹੁਣੇ ਜਿਹੜਾ ਕੰਮ ਪਾਸਟ ਵਿੱਚ ਚੱਲ ਰਿਹਾ ਸੀਗਾ ਉਹਨੂੰ ਬੋਲਾਂਗੇ ਆਪਾਂ ਪਾਸਟ ਕੰਟੀਨਿਊਸ ਜਿਹੜਾ ਕੰਮ ਫਿਊਚਰ ਦੇ ਵਿੱਚ ਚੱਲੇਗਾ ਹਨਾ ਚੱਲੇਗਾ ਜਿਵੇਂ ਕੋਈ ਸ਼ੋਅ ਚੱਲਣਾ ਆ ਜਾਂ ਕੋਈ ਫਿਲਮ ਚੱਲਣੀ ਹੈ ਜਾਂ ਕੁਝ ਕੁਝ ਵੀ ਚੱਲਣਾ ਹੈ ਉਹਨੂੰ ਆਪਾਂ ਕੀ ਬੋਲਾਂਗੇ ਫਿਊਚਰ ਵਿੱਚ ਕਾਊਂਟ ਕਰਾਂਗੇ ਇਹਨੂੰ ਆਪਾਂ ਕਿੱਥੇ ਕਾਊਂਟ ਕਰਾਂਗੇ ਪ੍ਰੈਸੈਂਟ ਦੇ ਵਿੱਚ ਔਰ ਇੱਥੇ ਕਾਊਂਟ ਕਰਾਂਗੇ ਆਪਾਂ ਪਾਸਟ ਦੇ ਵਿੱਚ ਤਾਂ ਆਪਾਂ ਮੇਨ ਮਕਸਦ ਕਿੱਥੇ ਆਪਣਾ ਚੱਲਣ ਕੋਈ ਕੰਮ ਲਗਾਤਾਰ ਕੰਮ ਚੱਲ ਰਿਹਾ ਹੈ ਇਹ ਗੱਲ ਪੱਲੇ ਬੰਨ ਲੈਣੀ ਹੈ ਬਿਲਕੁਲ ਜਿਹੜਾ ਕੰਮ ਚੱਲ ਰਿਹਾ ਹੈ ਲੰਮੇ ਸਮੇਂ ਦੇ ਵਿੱਚ ਕੋਈ ਚੰਮ ਚੱਲਿਆ ਇੱਥੇ ਹੈਨਾ ਤਾਂ ਉਹਨੂੰ ਆਪਾਂ ਕੀ ਬੋਲਾਂਗੇ ਕੰਟੀਨਿਊਸ ਕੰਟੀਨਿਊਸ ਆਪਾਂ ਕਿੱਥੇ ਯੂਜ਼ ਕਰਾਂਗੇ ਕਹਾਣੀਆਂ ਦੇ ਵਿੱਚ ਵੀ ਯੂਜ਼ ਕਰਿਆ ਕਰਾਂਗੇ ਜਦੋਂ ਆਪਾਂ ਸਟੋਰੀਆਂ ਬਣਾਉਣੀਆਂ ਸਿੱਖਾਂਗੇ ਤਾਂ ਉੱਥੇ ਆਪਾਂ ਫਿਰ ਆਪਾਂ ਯੂਜ਼ ਕਰਾਂਗੇ ਓਕੇ ਸੋ ਆਪਾਂ ਅੱਗੇ ਨੈਕਸਟ ਦੇਖਦੇ ਹਾਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੀ ਕੀ ਪਹਿਚਾਣ ਹੈ ਪਹਿਚਾਣ ਕੀ ਇਹਦੀ ਆ ਦੇਖੋ ਪਹਿਚਾਣ ਕੀ ਆਪਣੀ ਰਹਾ ਹੈ ਰਹੀ ਹੈ ਰਹੇ ਹਨ ਕੋਈ ਕੰਮ ਚੱਲ ਰਿਹਾ ਹੈ ਕੋਈ ਕੰਮ ਕੋਈ ਵੀ ਮੰਨ ਲਓ ਕੁੜੀ ਹੈ ਜੇ ਕੋਈ ਵੀ ਕੰਮ ਕਰ ਰਹੀ ਹੈ ਜਾਂ ਰਹੇ ਹਨ ਇੱਕ ਤਾਂ ਜਰ ਜਾਣੇ ਮਤਲਬ ਰਹੇ ਹਨ ਇਹਦੀ ਪਹਿਚਾਣ ਹੈ ਵਾਕ ਦੇ ਅੰਤ ਦੇ ਵਿੱਚ ਇਹ ਚੀਜ਼ ਤੁਹਾਨੂੰ ਦੇਖ ਨੂੰ ਮਿਲੇਗੀ ਓਕੇ ਤਾਂ ਰੂਲ ਕੀ ਆਪਣਾ ਇਹਦਾ ਸਬਜੈਕਟ ਲਾਵਾਂਗੇ ਜਿਵੇਂ ਆਪਾਂ ਸਬਜੈਕਟ ਯੂਜ਼ ਕਰਦੇ ਆਪਾਂ ਓਕੇ ਸਬਜੈਕਟ ਯੂਜ਼ ਕਰਾਂਗੇ ਸਬਜੈਕਟ ਤੋਂ ਬਾਅਦ ਇਜ਼ ਐਮ ਆਰ ਇਹਨਾਂ ਤਿੰਨਾਂ ਦੇ ਵਿੱਚੋਂ ਕਰਨਾ ਹੈ ਇਹ ਤਿੰਨੇ ਨਹੀਂ ਲਾਉਣਗੇ ਸਬਜੈਕਟ ਨਾਲ ਇਜ਼ ਐਮ ਤੇ ਆਰ ਤੇ ਜਿਹੜਾ ਆਪਾਂ ਨੂੰ ਆਪਾਂ ਉੱਥੇ ਦੇਖਾਂਗੇ ਓਕੇ ਜਿਵੇਂ ਆਪਾਂ ਮੈਂ نیچے ਲਿਖਿਆ ਹੋਇਆ ਵੀ ਹੀ ਸ਼ੀ ਇਟ ਦੇ ਨਾਲ ਕੀ ਲੱਗੂਗਾ ਇਜ਼ ਲੱਗੂਗਾ ਉਹ ਮੈਂ ਆਪਾਂ ਦੇਖਾਂਗੇ ਤੇ ਆਪਾਂ ਅੱਗੇ ਲਾਉਣੀ ਵਰਸ ਫਰ ਵਰਬ ਦੀ ਫਰਸਟ ਫਾਰਮ ਦੇ ਨਾਲ ਲੱਗੂਗੀ ਆਈ ਐਨ ਜੀ ਠੀਕ ਹੈ ਇਹ ਆਈ ਐਨ ਜੀ ਹੀ ਦੱਸੂਗਾ ਆਪਾਂ ਨੂੰ ਵਾਇਸ ਜਦੋਂ ਆਪਾਂ ਕਰਾਂਗੇ ਨਾ ਵਾਇਸ ਦੇ ਵਿੱਚ ਦੱਸੂਗਾ ਆਪਾਂ ਨੂੰ ਆਈ ਐਨ ਜੀ ਦਾ ਮਤਲਬ ਕੀ ਹੈ ਠੀਕ ਹੈ ਤਾਂ ਇੱਥੇ ਵੀ ਦੱਸੂਗਾ ਮਤਲਬ ਕੰਮ ਜਿਹੜਾ ਕੰਮ ਹੈ ਨਾ ਉਹ ਕੰਮ ਨੂੰ ਦੱਸੂਗਾ ਵੀ ਕੋਈ ਕੰਮ ਚੱਲ ਰਿਹਾ ਹੈ ਉਹ ਕੰਮ ਕਦੋਂ ਚੱਲ ਰਿਹਾ ਹੈ ਪਾਸਟ ਚੱਲੀ ਜਾਂਦਾ ਹੈ ਪ੍ਰੈਜ਼ੈਂਟ ਚੱਲੀ ਜਾਂਦਾ ਹੈ ਪਾਸਟ ਚੱਲੀ ਜਾਂਦਾ ਫਿਊਚਰ ਦੇ ਵਿੱਚ ਚੱਲੀ ਜਾਂਦਾ ਇਹ ਆਪਾਂ ਨੂੰ ਕੀ ਦੱਸੂਗਾ ਜਿਹੜਾ ਆਪਣੇ ਪਿੱਛੇ ਰਹਾ ਹੋਵੇਗਾ ਜਾਂ ਰਹੀ ਰਹੇ ਹਨ ਰਹਾ ਸੀ ਉਹ ਦੱਸੂਗਾ ਠੀਕ ਹੈ ਪਹਿਚਾਣ ਬਣ ਗਈ ਆਪਣੀ ਕੀ ਬਣੂਗਾ ਇਹਦਾ ਸਬਜੈਕਟ ਇਜ਼ ਐਮ ਆਰ ਵਰਬ ਦੀ ਫਸਟ ਫਾਰਮ ਦੇ ਨਾਲ ਉਹਦੇ ਆਈ ਐਨ ਜੀ ਲਾਉਣਾ ਤੇ ਨਾਲ ਲਾਉਣਾ ਆਪਾਂ ਆਬਜੈਕਟ ਓਕੇ ਜਿਹੜਾ ਆਪਣਾ ਬਣੂਗਾ ਨੈਗੇਟਿਵ ਨੈਗੇਟਿਵ ਵਿੱਚ ਕੀ ਲਾਵਾਂਗੇ ਨਾਵਾਚਕ ਦੇ ਵਿੱਚ ਸਬਜੈਕਟ ਇਜ਼ ਐਮ ਆਰ ਹੋਵੇ ਲੱਗੂਗਾ ਨਾਲ ਲੱਗੂਗਾ ਨਾਟ ਤੇ ਨਾਲ ਲੱਗੂਗੀ ਵਰਬ ਦੀ ਫਸਟ ਫਾਰਮ ਆਈ ਐਨ ਜੀ ਪਲੱਸ ਆਬਜੈਕਟ ਠੀਕ ਹੈ ਤੇ ਇਹ ਆ ਗਿਆ ਆਪਣਾ ਇੰਟੈਰੋਗੇਟਿਵ ਇੰਟੈਰੋਗੇਟਿਵ ਵਿੱਚ ਕੀ ਹੋਊਗਾ ਇਜ਼ ਐਮ ਆਰ ਲੱਗੂਗਾ ਸਬਜੈਕਟ ਲੱਗੂਗੀ ਫਸਟ ਫਾਰਮ ਲੱਗੂਗੀ ਤੇ ਨਾਲ ਕੋਈ ਆਈ ਐਨ ਜੀ ਪਲੱਸ ਆਬਜੈਕਟ ਸਾਰਾ ਸਟਰਕਚਰ ਉਦਾਂ ਦਾ ਇਹ ਆਪਾਂ ਕੀ ਕਰ ਰਹੇ ਆ ਸਟਰਕਚਰ ਹੈ ਸਟਰਕਚਰ ਉਦਾਂ ਦਾ ਹੈ ਬਸ ਆਪਾਂ ਮਾਈਨਰ ਜਿਹੜੇ ਆਪਾਂ ਚੇਂजेस ਕਰਨੇ ਪੈਣਗੇ ਆਪਾਂ ਨੂੰ ਓਕੇ ਤੇ ਮੰਨ ਲਓ ਜੇ ਕੁਐਸਚਨ ਮਾਰਕ ਵਿੱਚ ਨਾ ਬਚ ਗਿਆ ਤਾਂ ਆਪਾਂ ਹਮੇਸ਼ਾ ਕੀ ਸਿੱਖਿਆ ਆਪਾਂ ਆਰ ਤੋਂ ਬਾਅਦ ਨੋਟ ਲਖਦਾ ਹੁੰਦਾ ਹੁਣ ਆ ਤਾਂ ਆਪਣਾ ਬਾਹਰ ਆ ਗਿਆ ਤੇ ਸਬਜੈਕਟ ਦੇ ਨਾਲ ਕੀ ਲੱਗੂਗਾ ਨੋਟ ਫਿਰ ਆਪਣਾ ਇੱਥੇ ਕੀ ਲੱਗ ਜੂਗਾ ਨੋਟ ਠੀਕ ਹੈ ਜਦੋਂ ਨਾ ਬਚ ਕਹੂਗਾ ਜੇ ਸਿੰਪਲ ਤਾਂ ਇਦਾਂ ਬਣੂਗਾ ਤੇ ਡਬਲ ਜਸਟ ਫੈਮਿਲੀ ਚ ਕੀ ਬਣੂਗਾ ਆਪਣਾ ਇਜ਼ਮਰ ਸਬਜੈਕਟ ਵਰਬ ਦੀ ਫਰਸਟ ਫਾਰਮ ਨਾਲ ਆਬਜੈਕਟ ਇਹ ਚਾਰ ਹੈ 1 2 3 ਤੇ 4 ਚਾਰੇ ਤੁਸੀਂ ਯਾਦ ਕਰਨੇ ਆ 1 ਤੁਸੀਂ ਯਾਦ ਕਰ ਲੈਣਾ ਤੁਹਾਨੂੰ ਸਾਰੇ ਇਹ ਦਿਮਾਗ ਦੇ ਵਿੱਚ ਤੁਹਾਨੂੰ ਜਿਹੜੇ ਆ ਇਮੇਜ ਤੁਹਾਡੀ ਬਣਨੀ ਜ਼ਰੂਰੀ ਹੈ ਅਗਰ ਇਮੇਜ ਨਹੀਂ ਬਣਦੀ ਤਾਂ ਵੀਰੇ ਰਾਜ ਜਿਹੜਾ ਬੇਟਾ ਤੁਸੀਂ ਵਾਰ-ਵਾਰ ਰਿਵੀਜ਼ਨ ਕਰਨਾ ਹੈ ਟੈਂਸ ਹੀ ਆਪਾਂ ਨੂੰ ਇੰਗਲਿਸ਼ ਦਾ ਜਿਹੜਾ ਸਭ ਤੋਂ ਮੁਡਲਾ ਹੈਗਾ ਜੇਕਰ ਤੁਹਾਨੂੰ ਵਾਕ ਦੀ ਪਛਾਣ ਹੀ ਨਹੀਂ ਆਈ ਕਿ ਵਾਕ ਪਾਸਟ ਦਾ ਹੈ ਕਿ ਫਿਊਚਰ ਦਾ ਹੈ ਕਿ ਪrezent ਦਾ ਉਹ ਕੰਮ ਚੱਲ ਰਿਹਾ ਹੈ ਕੰਮ ਚੱਲੇਗਾ ਕੀ ਇਹ ਆਰ ਕਿੱਥੇ ਲੱਗੂਗਾ ਜਦੋਂ ਆਪ ਨੂੰ ਇਹ ਨਹੀਂ ਪਤਾ ਲੱਗਣਾ ਫਿਰ ਆਪਾਂ ਕੀ ਇੰਗਲਿਸ਼ ਸਿੱਖਣ ਤੋਂ ਉਮੀਦ ਕਰਾਂਗੇ ਨਹੀਂ ਕਰ ਸਕਦੇ ਆਪਾਂ ਇਸੇ ਕਰਕੇ ਆਪਣਾ ਜਿਹੜਾ ਦਿੱਕਤ ਕਿੱਥੇ ਆਉਂਦੀ ਆਪ ਨੂੰ ਗ੍ਰਾਮਰ ਦੇ ਵਿੱਚ ਕਿਉਂਕਿ ਆਪ ਨੂੰ ਪਹਿਚਾਣ ਹੀ ਨਹੀਂ ਪਤਾ ਲੱਗਦੀ ਤੇ ਜਦੋਂ ਪੰਜਨਾਂ ਚਰ ਪਹਿਚਾਣ ਹੀ ਨਹੀਂ ਪਤਾ ਲੱਗੂਗੀ ਤੇ ਆਪਾਂ ਬੇਟਾ ਨਹੀਂ ਕਰ ਸਕਦੇ ਤਾਂ ਸਭ ਤੋਂ ਪਹਿਲਾਂ ਤੁਹਾਡਾ ਫੋਕਸ ਕਿੱਥੇ ਹੋਣਾ ਚਾਹੀਦਾ ਜੋ ਮੈਂ ਕਰਵਾ ਰਿਹਾ ਟੈਂਸ ਇਹਦੇ ਵਿੱਚ ਤੁਹਾਨੂੰ ਬਿਲਕੁਲ ਦਿਸ ਤਰੀਕਾ ਕਰੀ ਜੰਨੇ ਆਪਾਂ ਪੰਜਾਬੀ ਭਾਸ਼ਾ ਹੈ ਨਾ ਤੇ ਆਪਾਂ ਕਰੀ ਜੰਨੇ ਆ ਨੋਟ ਕੀ ਕਰਨਾ ਆਪਾਂ ਜਦੋਂ ਆਪਣਾ ਹੀ ਆ ਗਿਆ ਸ਼ੀ ਆ ਗਿਆ ਇਟਾ ਗਿਆ ਜਾਂ ਕੋਈ ਸਿੰਗੂਲਰ ਹੈ ਇਕੱਲਾ ਬੰਦਾ ਹੈ ਆਪਾਂ ਲਾ ਦਾਂਗੇ ਇਜ਼ ਓਕੇ ਤੇ ਐਮ ਆਈ ਦੇ ਨਾਲ ਹਮੇਸ਼ਾ ਕੀ ਲੱਗਦਾ ਹੁੰਦਾ ਐਮ ਆਈ ਐਮ ਬாய் ਆਈ ਐਮ ਗਰਲ ਠੀਕ ਹੈ ਆਈ ਐਮ ਇਹ ਰਿਚ ਪਰਸਨ ਜੋ ਵੀ ਹੈ ਆਈ ਦੇ ਨਾਲ ਹਮੇਸ਼ਾ ਕੀ ਲੱਗਣਾ ਐਮ ਪਰ ਵੀ ਯੂ ਦੇ ਜਾਂ ਆ ਗਿਆ ਇੱਕ ਤੋਂ ਜ਼ਿਆਦਾ ਜਣੇ ਟਰੂਲਰ ਇੱਕ ਤੋਂ ਜ਼ਿਆਦਾ ਜਣੇ ਠੀਕ ਹੈ ਜੇ ਪਤੋਂ ਜ਼ਿਆਦਾ ਆ ਗਏ ਆਪਾਂ ਲਾਵਾਂਗੇ ਆਰ ਠੀਕ ਹੈ ਵੀ ਆਰ ਯੂ ਆਰ ਦੇ ਆਰ ਹਨਾ ਓਕੇ ਇਹ ਸਭ ਸਾਰਾ ਕੀ ਕਰਨਾ ਯਾਦ ਕਰਨਾ ਹੈ ਬਿਲਕੁਲ ਧਿਆਨ ਰੱਖਣਾ ਰੱਟਾ ਤੁਸੀਂ ਅ ਤੁਸੀਂ ਵਾਰ-ਵਾਰ ਰਿਵੀਜ਼ਨ ਕਰੋਗੇ ਨਾ ਇਹ ਵੈਸੇ ਹੀ ਯਾਦ ਹੋ ਜਾਣਗੇ ਥੋੜੇ ਸੁਭਾਅ ਚ ਆ ਜਾਣਗੇ ਕਿਉਂਕਿ ਹਰੇਕ ਕਲਾਸ ਲਈ ਜ਼ਰੂਰੀ ਹੈ ਇਹ 7ਵੀਂ 8ਵੀਂ 10ਵੀਂ 12ਵੀਂ ਜੋ ਮਰਜ਼ੀ ਕਰ ਲੋ ਬੀਏ ਤੱਕ ਇਹ ਸਾਰੇ ਤੁਹਾਨੂੰ ਜ਼ਰੂਰੀ ਹੈ ਓਕੇ ਚਲੋ ਅਪਾ ਨੈਕਸਟ ਕਰਦੇ ਆ ਹੁਣ ਆਪਾਂ ਕਰਾਂਗੇ ਇਹਦੇ ਐਗਜ਼ਾਮਪਲਸ ਆ ਦੇਖੋ ਹੁਣ ਪਹਿਚਾਣ ਦੇਖਣੀ ਆਪਾਂ 20 ਪਹਿਚਾਣਾ ਹੁਣ ਮੈਂ ਤੁਹਾਨੂੰ ਦੱਸਿਆ ਨਾ ਵੀ ਆਪ ਨੂੰ ਪਤਾ ਹੀ ਨਹੀਂ ਹੈਗਾ ਵੀ ਟੈਂਸ ਕਿਹੜਾ ਹੈ ਆਪ ਨੂੰ ਨਹੀਂ ਪਤਾ ਪਹਿਲਾ ਅੱਖਰ ਕੀ ਹੁੰਦਾ ਉਹ ਸਬਜੈਕਟ ਹੁੰਦਾ ਹੈ ਪਹਿਲਾ ਕੀ ਹੁੰਦਾ ਸਬਜੈਕਟ ਕੋਈ ਵੀ ਆ ਜੇ ਸੈਂਟੈਂਸ ਆ ਜੇ ਪਹਿਲਾ ਅੱਖਰ ਹੁੰਦਾ ਸਬਜੈਕਟ ਸਬਜੈਕਟ ਕੀ ਇੱਥੇ ਹੁਣ ਆਈ ਅੱਛਾ ਫਿਰ ਲੱਗਣਾ ਪਿੱਛੋਂ ਹੁਣ ਮੈਨੂੰ ਨਹੀਂ ਪਤਾ ਇੱਥੇ ਆਵਾਜ਼ ਲੱਗਣਾ ਹੈ ਇੱਥੇ ਇਜ਼ ਲੱਗਣਾ ਹੈ ਇੱਥੇ ਐਮ ਲੱਗਣਾ ਹੈ ਇੱਥੇ ਆਰ ਲੱਗਣਾ ਕੁਝ ਵੀ ਲੱਗਣਾ ਹੈ ਹੈਡ ਹੈਜ਼ ਆਪਾਂ ਨੂੰ ਪਤਾ ਹੀ ਨਹੀਂ ਹਜੇ ਸੈਂਟੈਂਸ ਦੱਸੂਗਾ ਮਤਲਬ ਪਿੱਛੋਂ ਚੱਲ ਜੂ ਹੁਣ ਬਸ ਸੌਖਾ ਤਰੀਕਾ ਹੈ ਇਹਨੂੰ ਉਤਾਰ ਲਿਆ ਆਪਾਂ نیچے ਇਹਨੂੰ ਆਪਾਂ نیچے ਉਤਾਰ ਲਿਆ आई ਹੁਣ ਪਿੱਛੋਂ ਰੇਹਾ ਹੈ ਹਾਜ ਲਓ ਜੀ ਆਗੇ ਨੇ ਪਛਾਣਾ ਪੁੱ ਨੂੰ ਰੇਹਾ ਹੈ ਰੇਹਾ ਹੈ ਮਤਲਬ ਪ੍ਰੈਜ਼ੈਂਟ ਕੰਟੀਨਿਊਸ ਤੇ ਐਮ ਨਾਲ ਕਿ ਲੱਗੂਗਾ ਆਈ ਨਾਲ ਕਿ ਲੱਗੂਗਾ ਐਮ ਓਕੇ ਤਾਂ ਲੱਗ ਗਿਆ ਦੋਨੇ ਆਪਾਂ ਨੂੰ ਪਤਾ ਲੱਗ ਗਿਆ ਵੀ ਸਬਜੈਕਟ ਵੀ ਲਾਤਾ ਆਪਾਂ ਇਸ ਜਾਂ ਵਿੱਚ ਲਾਤਾ ਆਪਾਂ ਹੁਣ ਲੱਗੂਗਾ ਆਪਣੀ ਵਰਬ ਦੀ ਫਸਟ ਫਾਰਮ ਤੇ ਹੁਣ ਕੀ ਹੈ ਮੈਂ ਪੜ ਰਿਹਾ ਹਾਂ ਤੇ ਪੜਨਾ ਕੀ ਹੁੰਦਾ ਸਟਡੀ ਸਟਡੀ ਤੇ ਨਾਲ ਲਗਣ ਆਪਾਂ ਆਈ ਐਨ ਜੀ ਆਈ ਐਮ ਸਟੱਡੀਂਗ ਟਬਜੈਕਟ ਹੈ ਨਹੀਂ ਇੱਥੇ ਮੈਂ ਕੀ ਪੜ ਰਿਹਾ ਮੈਂ ਮੈਥ ਪੜ ਰਿਹਾ ਮੈਂ ਇੰਗਲਿਸ਼ ਪੜ ਰਿਹਾ ਜੋ ਮੈਂ ਮੈਥ ਪੜ ਰਿਹਾ ਹਾਂ ਆਈ ਐਮ ਸਟੱਡੀਂਗ ਇੰਗਲਿਸ਼ ਮੈਂ ਮੈਥ ਪੜ ਰਿਹਾ ਹਾਂ ਮੈਂ ਇੰਗਲਿਸ਼ ਪੜ ਰਿਹਾ ਜੋ ਵੀ ਇੱਥੇ ਹੋਊਗਾ ਨਾ ਉਸ ਸਬਜੈਕਟ ਦਾ ਨਾਮ ਆ ਜਾਊਗਾ ਓਬਜੈਕਟ ਦਾ ਨਾਮ ਆ ਜਾਊਗਾ ਹੈ ਨਾ ਜਿਹੜਾ ਵੀ ਆਪਣਾ ਓਬਜੈਕਟ ਹੋਊਗਾ ਇੱਥੇ ਓਬਜੈਕਟ ਨਹੀਂ ਹੈਗਾ ਤਾਂ ਆਪਾਂ ਕੁਛ ਨਹੀਂ ਲਾਉਣਾ ਆਪਾਂ ਇੱਥੇ ਤੱਕ ਛੱਡ ਦਾਂਗੇ ਠੀਕ ਹੈ ਜੇ ਮੰਨ ਲਓ ਆਪ ਨੂੰ ਕੋਈ ਕੰਮ ਕਹਦਾ ਨਾ ਵੀ ਜਾ ਟੂਟੀ ਬੰਦ ਕਰਕੇ ਆ ਪਾਣੀ ਦੀ ਟੈਂਕੀ ਭਰ ਗਈ ਆਪਾਂ ਤਾਂ ਆਪਾਂ ਕੀ ਬੋਲਾਂਗੇ ਕਿ ਲਿਸ਼ ਦੇ ਵਿੱਚ ਆਈ ਐਮ ਸਟੱਡਿੰਗ ਮੈਂ ਪੜ ਰਿਹਾ ਜਦੋਂ ਆਪਾਂ ਕੋਈ ਜੇ ਮੈਂ ਹੁਣ ਬੋਲਾਂ ਮੈਂ ਕਹੂੰਗਾ ਜੇ ਆਪਾਂ ਲਾਈਨ ਬਿਟਵੀਨ ਲਾਈਨ ਪੜਦੇ ਨਾ ਉੱਥੇ ਫਿਰ ਰੀਡਿੰਗ ਲਾਵਾਂਗੇ ਆਪਾਂ ਸਟੱਡੀ ਦੇ ਵਿੱਚ ਕੀ ਹੁੰਦਾ ਪੂਰਾ ਓਵਰ ਆਲ ਬੜਨਾ ਆਪਾਂ ਉਹ ਹੁੰਦਾ ਸਟੱਡਿੰਗ ਓਕੇ ਤਾਂ ਨੈਕਸਟ ਕਰਦੇ ਆਪਾਂ ਉਹ ਫੁੱਲ ਤੋੜ ਰਹੇ ਉਹ ਫੁੱਲ ਤੋੜ ਨਹੀਂ ਰਹੇ ਸਨ ਹਨ ਤਾਂ ਆਪਾਂ ਦੱਸ ਰਹੇ ਹਾਂ ਵੀ ਉਹ ਫੁੱਲ ਨਹੀਂ ਤੋੜੀ ਜਾਂਦੇ ਸੀਗੇ ਜਦੋਂ ਮੈਂ ਗਿਆ ਸੀਗਾ ਆਪਾਂ ਸਟੋਰੀ ਵਿੱਚ ਕਰਾਂਗੇ ਸਟੋਰੀਆਂ ਬਣਾਵਾਂਗੇ ਤਾਂ ਉਹ ਮਤਲਬ ਹੀ ਹੁਣ ਆ ਗਿਆ ਪਿੱਛੋ ਲੱਗ ਜਾ ਬਸ ਸਬਜੈਕਟ ਤਾਰ ਲਿਆ ਆਪਾਂ ਪਿੱਛੋ ਲੱਗ ਜਾ ਚਲੋ ਪਿੱਛੋ ਲੱਗ ਜਾ ਕੀ ਹੈ ਇਹ ਰਹੇ ਹਨ ਪਤਾ ਲੱਗ ਗਿਆ ਹੀ ਇਜ਼ ਨਹੀਂ ਨਾ ਬਚਾ ਨਾ ਹੀ ਇਜ਼ ਨਾਟ ਪਲਕਿੰਗ ਤੋੜਨਾ ਕੋਈਂਦਾ ਫੁੱਲ ਪਲਕਿੰਗ ਤਾਂ ਕੱਟ ਗਈ ਪਲਕਿੰਗ ਪਾਇਆ ਠੀਕ ਹੈ ਪੀ ਐਲ ਯੂ ਸੀ ਕੇ ਆਈ ਐਨ ਜੀ ਪਲਕਿੰਗ ਕੀਂ ਤੋੜੀ ਜਾਂਦੇ ਫਲਾਵਰ ਦਾ ਫਲਾਵਰ ਓਕੇ ਹੀ ਇਜ਼ ਨਾਟ ਪਲਕਿੰਗ ਦਾ ਫਲਾਵਰ ਓਕੇ ਤੀਜਾ ਕਰਾਂਗੇ ਆਪਾਂ ਕੀ ਤੁਸੀਂ ਮੁਸਕਰਾ ਰਹੇ ਹੋ ਆਪਾਂ ਕਿਸੇ ਨੂੰ ਪੁੱਛ ਲਾਂਗੇ ਕਿ ਤੂੰ ਹੱਸੀ ਜਾਂ ਨਾ ਤੂੰ ਮੁਸਕਰਾਈ ਜਾਂ ਨਾ ਹਨਾ ਆਪਾਂ ਇੰਗਲਿਸ਼ ਕਹਾਂਗੇ ਕਿ ਤੁਸੀਂ ਮੁਸਕਰਾ ਰਹੇ ਹੋ ਮੈਨੂੰ ਵੇਖ ਵੇਖ ਕੇ ਹਨਾ ਤਾਂ ਆਪਾਂ ਲਿਖਾਂਗੇ ਤੁਸੀਂ ਤੁਸੀਂ ਕਹਿੰਦਾ ਯੂ ਅੱਛਾ ਪਿੱਛੇ ਲੱਗ ਜਾਓ ਹਨਾ ਮੁਸਕਰਾ ਰਹੇ ਹੋ ਹੁਣ ਆ ਗਿਆ ਕਿ ਇਹ ਇੰਟਰੋਗੇਟਿਵ ਆ ਗਿਆ ਤਾਂ ਮਤਲਬ ਉਹਨੂੰ ਪਤਾ ਲੱਗ ਗਿਆ ਇਹ ਆਪਣੇ ਅੱਗੇ ਲੱਗੂਗੀ ਕੀ ਲੱਗੂਗਾ ਅੱਗੇ ਆ ਦੇਖੋ ਜਦ ਹੈਲਪਿੰਗ ਵਰਬ ਹੈ ਉਹ ਅੱਗੇ ਲੱਗੂਗਾ ਆਰ ਠੀਕ ਹੈ ਆ ਦੇਖੋ ਯੂ ਨ ਲੱਗੂਗਾ ਆਰ ਤਾਂ ਕਿ ਅੱਗੇ ਆਪਣੇ ਕੋਲੇ ਆਰ ਯੂ ਤੇ ਹੁਣ ਕੀ ਆਊਗੀ ਵਰਬ ਦੀ ਫਸਟ ਫਾਰਮ ਸਮਾਈਲਿੰਗ ਨਾਲ ਆਪਾਂ ਕੀ ਲਾਤਾ ਆਈ ਐਂ ਜੀ ਲਾਤਾ ਯੂ ਆਰ ਯੂ ਸਮਾਈਲਿੰਗ ਆਪਣਾ ਇੰਗਲਿਸ਼ ਦੇ ਵਿੱਚ ਪੁੱਛਾਂਗੇ ਸਵਾਲ ਆਰੀ ਸਮਾਈਲਿੰਗ ਕੀ ਤੁਸੀਂ ਸਮਸ ਕਰ ਰਹੇ ਹੋ ਬਾਕੀ ਜਵਾਬ ਜਿਹੜਾ ਆਵਗਾ ਨਹੀਂ ਨਹੀਂ ਮੈਂ ਨਹੀਂ ਓਕੇ ਤੁਸੀਂ ਕਿਉਂ ਝੂਠ ਬੋਲ ਰਹੇ ਹੋ ਹੁਣ ਕਿਉਂ ਆ ਗਿਆ ਮੈਂ ਦੱਸਿਆ ਨਾ ਜਦੋਂ ਕਿਉਂ ਕਿੱਥੇ ਕਿਹੜਾ ਕਿਵੇਂ ਇਹ WH ਫੈਮਿਲੀ ਆ ਗਈ ਤਾਂ WH ਫੈਮਿਲੀ ਮੇਸ਼ਨ ਕੀ ਲੱਗਦੀ ਹੁੰਦੀ ਹੈ ਅੱਗੇ ਕਿਉਂ ਮਤਲਬ ਹੂੰ Y ਠੀਕ ਹੈ Y ਹੁਣ ਕੌਣ ਆ ਤੁਸੀਂ ਤੁਸੀਂ ਕਹਿੰਦਾ U U ਯੂ ਨਾਲ ਮੇਸ਼ਕ ਲੱਗਦਾ ਹਾਂ ਆਰ ਇਦਾਂ ਬਣਾ ਲਿਆ ਕਰੋ ਜੇ ਤੁਸੀਂ ਸਿੱਖ ਗਏ ਨਾ ਸਾਰਾ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਆਪਾਂ ਇੱਥੇ ਕੀ ਲਾਉਣਾ ਇਸ ਤਰ੍ਹਾਂ ਲਿਖ ਲਿਆ ਕਰੋ ਪਹਿਲਾਂ ਜਗ੍ਹਾ ਛੱਡ ਕੇ why are you ਫਸਟ ਫਾਰਮ ਲੱਗੂਗੀ ਸਮਾਈਲਿੰਗ ਪਿਛਲਾ ਕੁਐਸਚਨ ਮਾਰਕ ਠੀਕ ਹੈ ਓ ਸੋਰੀ 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 ਔ ਝੂਠ ਬੋਲ ਰਹੇ ਹੋ ਨਾ ਵਾਈ ਆਰ ਯੂ ਟੈਲਿੰਗ ਅ ਲਾਈ ਟੈਲਿੰਗ ਅ ਲਾਈ ਮੈਂ ਇਹ ਦੇਖ ਲਿਆ ਠੀਕ ਹੈ ਟੈਲਿੰਗ ਅ ਲਾਈ ਪਿਛਲੇ ਮੈਂ ਕੁਐਸਚਨ ਮਾਰਕ ਓਕੇ ਵਾਈ ਆਰ ਯੂ ਟੈਲਿੰਗ ਅ ਲਾਈ ਤੁਸੀਂ ਕਿਉਂ ਝੂਠ ਬੋਲ ਰਹੇ ਹੋ ਆਪਾਂ ਮੰਨ ਲਓ ਕਿਸੇ ਨੂੰ ਕੋਈ ਯਾਰ ਦੋਸਤ ਨੂੰ ਪੁੱਛਣਾ ਹੋਵੇ ਵੀ ਕੋਈ ਗੱਲ ਪੁੱਛਦੇ ਆਪਾਂ ਆਪਾਂ ਦਾ ਯਾਰ ਕਹਨੂੰ ਐਵੇਂ ਗੱਪ ਮਾਰੀਏ ਨਾ ਡੜੇ ਛੱਡੀਏ ਨਾ ਬਿਨਾਂ ਟੈਰਾਂ ਵਾਲੇ ਠੀਕ ਹੈ ਮਤਲਬ ਕਹਿੰਦਾ ਭਾਵ ਕੀ ਹੈ ਤੁਸੀਂ ਕਿਉਂ ਝੂਠ ਬੋਲ ਰਹੇ ਹੋ ਵਾਈ ਆਰ ਯੂ ਟੈਲਿੰਗ ਅ ਲਾਈ ਠੀਕ ਹੈ ਇਹ ਸਾਰਾ ਕੀ ਹੈ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਹੈ ਓਕੇ ਜਿਹੜਾ ਆਪਾਂ ਸਟੋਰੀ ਬਣਾਵਾਂਗੇ ਤਾਂ ਸਟੋਰੀਆਂ ਦੇ ਵਿੱਚ ਆਪ ਨੂੰ ਇਹ ਆਮ ਦੇਖ ਨੂੰ ਮਿਲੇਗਾ ਜੇ ਜਦੋਂ ਆਪਾਂ ਕੋਈ ਵੀ ਮਨ ਕਰ ਤੋ ਸਟੋਰੀਆਂ ਲਿਖਣਾ ਸ਼ੁਰੂ ਕਰਾਂਗੇ ਤਾਂ ਜਦੋਂ ਪਹਿਲਾ ਵਾਕ ਕੁਝ ਹੋਰ ਹੋਊਗਾ ਮਤਲਬ ਕੁਝ ਹੋਰ ਹੋਊਗਾ ਹਾਂ ਉਦੋਂ ਠੀਕ ਹੈ ਜਾਂ ਜੇ ਮੈਂ ਐਗਜ਼ਾਮਪਲ ਦੇਣਾ ਜਦੋਂ ਮੈਂ ਚਾਚੇ ਕੇ ਘਰੇ ਗਿਆ ਠੀਕ ਹੈ ਤਾਂ ਚੱਚੇ ਦੀ ਕੁੜੀ ਪੜ ਰਹੀ ਸੀ ਪਾਸਟ ਕਾ ਪਾਸਟ ਕੰਟੀਨਿਊਸ ਆਗੇ ਨਾ ਜਦੋਂ ਮੈਂ ਚਾਚੇ ਕਰ ਗਿਆ ਤਾਂ ਉਹ ਕੀ ਗਿਆ ਆਏ ਕੀ ਹੁੰਦਾ ਪਾਸਟ ਹਾਂ ਆ ਲੱਗੂਗਾ ਸੈਂਟੈਂਸ ਪਲੱਸ ਕੀ ਲੱਗੂਗਾ ਆਵਲ ਉਹ ਪੜ ਰਹੀ ਸੀ ਜਿਵੇਂ ਆਪ ਕਰਨ ਜਾ ਰਹੇ ਐਦਾਂ ਆਪ ਸਟੋਰੀਆਂ ਬਣਾਵਾਂਗੇ ਠੀਕ ਹੈ ਡੋਂਟ ਵਰੀ ਕੋਈ ਚਿੰਤਾ ਕਰਨੀ ਕਲਾਸ 10 ਦੇ ਵਿੱਚ ਤਾਂ ਇੱਕ ਮੁੰਲਾ ਦਾ 5-7 ਨੰਬਰਾਂ ਦਾ ਤਾਂ ਇੱਕ ਆਉਂਦਾ ਹੀ ਹੁੰਦਾ ਵੀ ਕੋਈ ਹਿੰਟ ਦੇਣਗੇ ਆਪਾਂ ਨੂੰ CBSE ਬੋਰਡ ਦੇ ਅੰਦਰ ਤਾਂ ਆਪਾਂ ਨੂੰ ਉਹ ਬਣਾਉਣਾ ਪਊਗਾ ਤੇ ਪੰਜਾਬ ਬੋਰਡ ਦੇ ਵਿੱਚ ਤਾਂ ਆਹ ਜਿਹੜਾ ਜਿੱਟੋ ਹੀ ਆਉਂਦੇ ਆ ਸੇਮ ਅੱਛਾ ਅੱਗੇ ਆਪਾਂ ਇਹ ਵੀ ਕਰਾਂਗੇ ਕਿ ਕਿਵੇਂ ਇੰਗਲਿਸ਼ ਤੋਂ ਪੰਜਾਬੀ ਬਣਾਈ ਜਾਂਦੀ ਹੈ ਜਿਵੇਂ ਦੱਸਿਆ ਨਾ ਵੀ ਸਬਜੈਕਟ ਲਿਖ ਲਿਆ ਤੇ ਪਿੱਛੋਂ ਲੱਗ ਜਾਣਾ ਉਵੇਂ ਇੱਧਰ ਹੋਊਗਾ ਬਸ ਆਪਾਂ ਕਰਾਂਗੇ ਡੋਂਟ ਵਰੀ ਟੈਨਸ਼ਨ ਨਾ ਓਕੇ ਤਾਂ ਪਾਸਟ ਕੰਟੀਨਿਊਸ ਕੀ ਆ ਹੁਣੇ ਜਲਦੀ ਹੋ ਜਾਣਗੇ ਦੇਖੋ ਆ ਕਰ ਲੈਣੇ ਕਿ ਚੰਗੀ ਤਰ੍ਹਾਂ ਆ ਜਲਦੀ ਹੋ ਜਾਣਗੇ ਕੀ ਹੈ ਰਹਾ ਹੈ ਰਹੀ ਸੀ ਰਹਾ ਰਿਹਾ ਸੀ ਰਹੀ ਸੀ ਰਹੇ ਸੀ ਓਕੇ ਕੁਝ ਕੰਮ ਚੱਲ ਰਿਹਾ ਸੀ ਕੰਮ ਚ ਮਤਲਬ ਕੋਈ ਆ ਰਹੀ ਸੀ ਜਾਂ ਕੁਝ ਵੀ ਹੈ ਆ ਗਿਆ ਰਹੀ ਸੀ ਸੀ ਆ ਗਿਆ ਮਗਰ ਹੁਣ ਇਹਨੂੰ ਫੋਕਸ ਦੇਣਾ ਆਪਾਂ ਉੱਥੇ ਹੈ ਸੀ ਉੱਥੇ ਹੈ ਸੀ ਇੱਥੇ ਸੀ ਤਾਂ ਸਬਜੈਕਟ ਕੀ ਆ ਵਾਸ ਵਰ ਲੱਗਣਾ ਬਾਕੀ ਸਾਰਾ ਸੇਮ ਸਬਜੈਕਟ ਪਲੱਸ ਵਾਸ ਵਰ ਲੱਗਣਾ ਨੋਟ ਲੱਗਣਾ ਓਵੇਂ ਬਾਕੀ ਸਾਰਾ ਸੇਮ ਵਾਸ ਵਰ ਅੱਗੇ ਆ ਜਾਣਾ ਸਬਜੈਕਟ ਵੀ ਉਹੀ ਲੱਗੂਗਾ ਸਾਰਾ ਸੇਮ ओके तो डब्ल्यूच फैमिली वाज वर ਲੱਗੂਗਾ ਸਾਰਾ ਸੇਮ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਠੀਕ ਹੈ ਇਹ ਤੁਹਾਨੂੰ ਸਾਰੇ ਦੇ ਸਾਰੇ ਰੂਲ ਸੇਮ ਹੋਣਗੇ ਬਸ ਸਿਰਫ ਤੇ ਸਿਰਫ ਹੈਲਪਿੰਗ ਵਰਬ ਤੇ ਆਹ ਵਰਬ ਦੇ ਵਿੱਚ ਚੇਂਜ ਆਊਗਾ ਠੀਕ ਹੈ ਬਾਕੀ ਸਾਰਾ ਜਿਹੜਾ ਹੈਗਾ ਇਹ ਰਾਜੇ ਸਾਰਾ ਸੇਮ ਆਊਗਾ ਓਕੇ ਤਾਂ ਆਪਾਂ ਜਲਦੀ ਜਲਦੀ ਆਪਾਂ ਇਹ ਲ ਹੋ ਗਿਆ ਨਾ ਕਿੰਨੇ ਮਿੰਟਾਂ ਚ ਹੋ ਗਿਆ 1 ਮਿੰਟ ਵੀ ਲੱਗਾ ਇਹਨੂੰ ਪ੍ਰੈਸ ਪਾਸਟ ਕੰਟੀਨਿਊਸ ਹੋ ਗਿਆ ਨਾ ਇਦਾਂ ਫਿਊਚਰ ਹੋ ਜਾਣਾ ਚਲੋ ਆਪਾਂ ਦੇਖਦੇ ਹਾਂ ਇਹਦੇ ਵਿੱਚ ਆਈ ਆ ਜੇ ਹੀ ਸੀ ਇਟ ਜੇ ਕੋਈ ਸਿੰਗੂਲਰ ਆ ਜੇ ਤੁਹਾਨੂੰ ਹਵਾਸ ਲੱਗਣਾ ਹੈ ਤਾਂ ਪਤਾ ਹੀ ਆਪਾਂ ਨੂੰ ਜਦੋਂ ਜ਼ਿਆਦਾ ਜਾਣੇ ਆਉਣਗੇ ਜਦੋਂ ਗਰੁੱਪ ਆ ਗਿਆ ਉੱਥੇ ਕਿ ਲੱਗੂਗਾ ਬਾਹਰ ਲੱਗੂਗਾ ਜੇ ਤਾਂ ਗਰੁੱਪ ਆ ਗਿਆ ਤਾਂ ਉੱਥੇ ਕਿ ਲੱਗੂਗਾ ਬਾਹਰ ਇੱਥੇ ਬਸ ਸਿਰਫ ਆਈ ਦਾ ਸੀਗਾ ਕੇਸ ਸਪੈਸ਼ਲ ਆਈ ਦਾ ਇੱਥੇ ਕੋਈ ਸਪੈਸ਼ਲ ਕੇਸ ਨਹੀਂ ਹੈ ਬਸ ਆਈ ਨੂੰ ਆਪਾਂ ਇੱਥੇ ਪੜ੍ਹ ਓਕੇ ਤਾਂ ਅੱਗੇ ਆਪਾਂ ਕੀ ਕਰਾਂਗੇ ਐਗਜ਼ਾਮਪਲਸ ਕਰਾਂਗੇ ਆਪਾਂ ਓਕੇ ਤੁਸੀਂ ਮੁਸਕਰਾਂ ਰਹੇ ਸੀ ਹੁਣ ਆਪਾਂ ਅੱਗੇ ਪਿੱਛੇ ਤਾਂ ਪਹਿਲਾ ਖਰ ਕੀ ਹੈ ਸਬਜੈਕਟ ਕੀ ਹੁੰਦਾ ਇਹ ਉਹ ਯੂ ਓਕੇ ਅੱਛਾ ਲੱਗ ਜੋ ਰਹੇ ਸੀ ਪਤਾ ਲੱਗ ਗਿਆ ਆਪਾਂ ਨੂੰ ਵੀ ਕਿਡਾ ਸੈਂਟੈਂਸ ਹੈ ਜ਼ਰ ਯੂ ਆਰ ਸਮਾਈਲਿੰਗ ਯੂ ਆਰ ਸਮਾਈਲਿੰਗ ਕਿਉਂਕਿ ਆਪਾਂ ਨੂੰ ਪਤਾ ਲੱਗ ਗਿਆ ਕਿ ਪਾਸਟ ਕੰਟੀਨਿਊਸ ਹੈ ਪਾਸ ਕੰਟੀਨਿਊਸ ਚ ਪਤਾ ਆਪਾਂ ਨੂੰ ਵਰਬ ਲੱਗਦਾ ਹੁੰਦਾ ਹੈ ਆਵਾਜ਼ ਲੱਗਦਾ ਹੁੰਦਾ ਹੈ ਸਬਜੈਕਟ ਨੂੰ ਵੇਖ ਕੇ ਲਾਦਾਂਗੇ ਲੋਂ ਤੋਂ ਬਾਅਦ ਵਿੱਚ ਵਰਬ ਲੱਗਦੀ ਹੁੰਦੀ ਹੈ ਵਰਬ ਵੀ ਲਾਤੀ ਕਿਉਂਕਿ ਮੁਸਕਰਾਉਣਾ ਵਰਬ ਹੁੰਦੀ ਹੈ ਕੰਮ ਚੱਲ ਰਿਹਾ ਸੀਗਾ ਕਮ ਰਹੀ ਹੈ ਰਹੀ ਸੀ ਹੈਗਾ ਤੇ ਆਪਾਂ ਲਾਤੀ ਆਈ ਐਨ ਜੀ ਸਵਾਲ ਹੋ ਗਿਆ ਖਤਮ ਸੈਂਟੈਂਸ ਆਪਣਾ ਸਹੀ ਨੈਕਸਟ ਦੂਜਾ ਉਹ ਝੂਠ ਬੋਲ ਰਹੀ ਸੀ ਹਨਾ ਕੋਈ ਗੱਲ ਆ ਗਈ ਨਾ ਯਾਰ ਆਪਾਂ ਕਹਿੰਦੇ ਉਹ ਝੂਠ ਮਰੀ ਜਾਂਦੀ ਯਾਰ ਝੂਠ ਮਰੀ ਜਾਂਦਾ ਹੈ ਹਨਾ ਤਾਂ ਇਹ ਸਹੀ ਸੈਂਟੈਂਸ ਹੋ ਗਿਆ ਤਾਂ ਸਬਜੈਕਟ نیچے ਤਾਰ ਲਿਆ ਸਬਜੈਕਟ ਕੀ ਹੁੰਦਾ ਆਪਣੇ ਕੋਲੇ ਰਹੀ ਸੀ ਕੁੜੀ ਆ ਗਈ ਸ਼ੀ ਅੱਛਾ ਹੁਣ ਸ਼ੀ ਨੇ ਕਿ ਲੱਗਦਾ ਹੈ ਸ਼ੀ ਵਾਸ ਸ਼ੀ ਵਾਸ ਰਹੀ ਸੀ ਉਹ ਝੂਠ ਬੋਲ ਰਹੀ ਸੀ ਸ਼ੀ ਵਾਸ telling a lie he was telling a lie okay ki tusi padha rahe si ki tusi padha rahe si ede karange apan hun ki aa gaya agge okay ta ki de vich ki laguga jehdi helping verb hai oh agge aa jandi hundi hai apan sikhe hi hai ta apan tusi matlab ki aa gaya apne kole you ਤੇ ਅੱਗੇ ਕੀ ਆਜੂਗਾ ਆਪਣੇ ਕੋਲੇ ਯੂ ਨਾਲ ਲੱਗਦਾ ਹੁੰਦਾ ਵਰ ਓਕੇ ਵਰ ਲੱਗਦਾ ਵਰ ਯੂ ਅੱਛਾ ਇੱਥੇ ਕਿਹਨ ਪੜਾ ਰਹੀ ਸੀ ਪਿੱਛੇ ਲੱਗ ਦੋ ਨਾ ਪਿੱਛੋਂ ਪੜਾ ਰਹੀ ਸੀ ਪੜਾਉਣਾ ਕਿਹਾ ਹੁੰਦਾ ਟੀਚਿੰਗ ਟੀਚਿੰਗ ਵਰ ਯੂ ਟੀਚਿੰਗ ਕੀ ਤੁਸੀਂ ਪੜਾ ਰਹੇ ਸੀ ਠੀਕ ਹੈ ਪਿੱਛੇ ਲਾ ਜੂਗਾ ਕੁਐਸਚਨ ਮਾਰਕ ਠੀਕ ਹੈ ਜਿਹੜਾ ਆਵਲਾ ਸੈਂਟੈਂਸ ਹੈ ਨਾ ਜੇ ਮਾਨ ਲਓ ਮੈਂ ਉਹ ਝੂਠ ਬੋਲ ਝੂਠ ਬੋ ਰਹੀ ਸੀ ਉਹ ਝੂਠ ਨਹੀਂ ਬੋਲ ਰਹੀ ਸੀ ਤੇ ਫਿਰ ਆਪਾਂ ਇੱਥੇ ਲਾ ਦਾਂਗੇ ਨਾਟ ਇੱਥੇ ਵਾਸ ਨਾਟ ओके ਤੁਸੀਂ ਮੈਂ ਅਮਲਤਮਾ ਨੇਗੇਟਿਵ ਨਹੀਂ ਬਣਾਇਆ ਵਿੱਚ ਕਿਤੇ ਰਹਿ ਗਿਆ ਤੁਸੀਂ ਨੋਟ ਵਾਲਾ ਬਣਾ ਕੇ ਦੇਖ ਲਓ ਆਪ ਦੇ ਕੋਲੋਂ ਓਕੇ ਤੁਸੀਂ ਮਸਕਰਾਰ ਨਹੀਂ ਰਹੇ ਸੀ ਯੂ ਆਰ ਨਾਟ ਸਮਾਈਲਿੰਗ ਯੂ ਆਰ ਨਾਟ ਸਮਾਈਲਿੰਗ ਯੂ ਆਰ ਨਾਟ ਸਮਾਈਲਿੰਗ ਓਕੇ ਤੁਸੀਂ ਕਿੱਥੇ ਜਾ ਰਹੇ ਸੀ ਹੁਣ ਕਿੱਥੇ ਕਿਹੜਾ ਕਿਵੇਂ ਕਦੋਂ ਆ ਗਿਆ ਨਾ ਤੇ ਕੀ ਲੱਗੂਗਾ ਕਿੱਥੇ ਮਤਲਬ ਵੇਅਰ ਆਪਾਂ ਕੱਲ ਪੁੱਛਣਾ ਵੀ ਕੱਲ ਤੁਸੀਂ ਕਿੱਥੇ ਜਾਂਦੀ ਪਈ ਸੀਗੀ ਜਦੋਂ ਮੈਂ ਜਦੋਂ ਮੈਂ ਕੋਠੇ ਤੇ ਖੜਾ ਸੀ ਤੁਸੀਂ ਕਿੱਥੇ ਜਾ ਰਹੇ ਸੀ ਮੈਂ ਤੁਹਾਨੂੰ ਵੇਖਿਆ ਸੀ ਆਪਾਂ ਸਟੋਰੀਆਂ ਬਣਾਵਾਂਗੇ ਇਦਾਂ ਦੀਆਂ ਤਾਂ ਕਿੱਥੇ ਜਾ ਰਹੇ ਸੀ ਮਤਲਬ ਵੇਅਰ ਤਾਂ ਆਪਾਂ ਸਿੱਖਿਆ WH ਫੈਮਿਲੀ ਨਾਲ ਵਾਸ ਜਾਂ ਵਰ ਲਾਉ ਵਾਸ ਜਾਂ ਵਰ ਲਾਉ ਚਲੋ ਕੀ ਲੱਗੂਗਾ ਵੇਅਰ ਤੁਸੀਂ ਯੂ ਯੂ ਵਾਲੇ ਬਾਲੀ ਆ ਗਏ ਜਨਾ ਵੇਅਰ ਵਰ ਯੂ ਗੋਇੰਗ ਪਿੱਛੇ ਕੁਐਸਚਨ ਮਾਰਕ ਵੇਅਰ ਵਰ ਯੂ ਗੋਇੰਗ ਠੀਕ ਹੈ ਮੈਂ ਸਵੇਰੇ ਸਵੇਰੇ ਪੜ ਰਿਹਾ ਸੀ ਓਕੇ ਤਾਂ ਆਈ ਵਾਸ ਸਟੱਡਿੰਗ ਠੀਕ ਹੈ ਦੇਖੋ ਆ ਦੇਖੋ ਨਾ ਸਬਜੈਕਟ ਲੱਗ ਗਿਆ ਆਈ ਫਿਰ ਲੱਗੇ ਵਾਸ ਜਾਂ ਵਰ ਲੱਗ ਗਿਆ ਵਰ ਦੀ ਫਸਟ ਫੋਨ ਲੱਗ ਗਿਆ ਹੁਣ ਉਹਨਾਂ ਨੇ ਨਾਂ ਦੱਸਤਾ ਵੀ ਮੈਂ ਸਵੇਰੇ ਪੜਦਾ ਸੀਗਾ ਕਿਉਂਕਿ ਪਿੱਛੋਂ ਲੱਗੋ ਚਲੋ ਆ ਦੇਖੋ ਆਈ ਲਾਤਾ ਨਾ ਇੱਥੇ ਆਈ ਪਿੱਛੋਂ ਸ਼ੁਰੂ ਹੋ ਜਾਓ ਪਿੱਛੋਂ ਰਿਹਾ ਸੀ ਵਾਸ ਲੱਗ ਗਿਆ ਪੜਨਾ ਸਟੱਡੀ ਲੱਗ ਗਿਆ ਤਸਵੀਰੇ ਇਨ ਦਾ ਮਾਰਨਿੰਗ ਇਨ ਦਾ ਮੋਰਨਿੰਗ ਦੇਖੋ ਕਿੰਨੇ ਤਰੀਕੇ ਨਾਲ ਕੋਈ ਚੀਜ਼ ਸਾਨੂੰ ਬੱਚਿਆਂ ਦਾ ਡਾਊਟ ਹੁੰਦਾ ਨਾ ਵੀ ਦੇਖੋ ਵੀ ਕਿੱਥੇ ਕਿੱਥੇ ਕਿਹੜੀ ਕਿਹੜੀ ਚੀਜ਼ ਕਦੋਂ ਲੱਗਣੀ ਹੈ ਮੰਨ ਲਓ ਹੁਣ ਕੋਈ ਅੱਗੇ ਪਿੱਛੇ ਕਿਉਂ ਨਹੀਂ ਹੁੰਦਾ ਕੋਈ ਪਿੱਛੇ ਨਹੀਂ ਹੁੰਦਾ ਕੋਈ ਕੀ ਰੂਲ ਤੁਹਾਨੂੰ ਮੈਂ ਦੱਸਦਾ ਆਈ ਇਹ ਪਿੱਛੋਂ ਜਾ ਕੇ ਪਿੱਛੋਂ ਜਾ ਕੇ ਛੋ ਲੱਗਣਾ ਮੈਂ ਤੁਹਾਨੂੰ ਵਾਰ-ਵਾਰ ਫੋਕਸ ਕਰ ਰਿਹਾ ਦੇਖੋ ਛੋ ਲੱਗਣਾ ਮੈਂ ਤੁਹਾਨੂੰ ਇਤਿ ਪਛਕਿਆ ਹਨ ਇਥੇ ਵੀ ਤੁਹਾਨੂੰ ਪਛਕਿਆ ਸਾਰਾ ਦਾ ਸਾਰਾ ਮੈਂ ਤੁਹਾਨੂੰ ਇੱਕੋ ਹੀ ਰੂਲ ਕਰਾ ਰਿਹਾ ਬਿਲਕੁਲ ਚਿੰਤਾ ਨਹੀਂ ਕਰ ਰਹੀ ਓਕੇ ਚਲੋ ਦੋ ਹੋ ਗਏ ਆਪਣੇ ਤੇ ਆਪਾਂ ਹੁਣ ਕਰਾਂਗੇ ਤੀਸਰਾ ਲਾਸਟ ਫਿਚਰ ਕੰਟੀਨਿਊਸ ਟੈਂਸ ਔਰ ਤੁਸੀਂ ਮੈਂ ਤੁਹਾਨੂੰ ਫਿਰ ਕਹਿ ਰਿਹਾ ਤੁਸੀਂ ਪੜਾਈ ਦੇ ਵਿੱਚ ਕੀ ਕਰਨਾ ਹੈ राजे ਬਿਲਕੁਲ ਰਿਵੀਜ਼ਨ ਰੱਖਣੀ ਹੈ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰੋ ਠੀਕ ਹੈ ਸਪੋਰਟ ਕਰੋ ਔਰ ਤੁਸੀਂ ਜਿਹੜਾ ਹੈਗਾ ਆਪਣੇ ਆਪ ਸੈਂਟੈਂਸ ਬਣਾਉਣ ਦੀ ਕੋਸ਼ਿਸ਼ ਕਰਨੀ ਘਰੇ ਆਪਣੇ ਤੁਸੀਂ ਆਪਣੇ ਆਪ ਸੋਚੋ ਬੁੱਕ ਚੱਕੋ ਬੁੱਕ ਦੇ ਵਿੱਚ ਤੁਹਾਨੂੰ ਦਿੱਤੇ ਹੋਣਗੇ ਉਸੇ ਤੁਸੀਂ ਦੇਖ ਦੇਖ ਕੇ ਕਰ ਸਕਦੇ ਹੋ ਔਰ ਇਹ ਜਿਹੜਾ ਆਪਾਂ ਜਿਹੜੀ ਇਹ ਇੰਗਲਿਸ਼ ਗ੍ਰਾਮਰ ਦੀ ਜਿਹੜੀ ਸੀਰੀਜ਼ ਹੈ ਆਪਾਂ ਸਾਰੀ ਕੰਪਲੀਟ ਕਰਾਂਗੇ ਮੈਂ ਕੋਈ ਵੀਡੀਓ ਪਾਉਂਗਾ ਕੱਲ ਹਨਾ ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਵੀ ਆਪਾਂ ਕੀ ਕੁਝ ਕਰਾਂਗੇ ਸਾਰੇ ਚੈਪਟਰਸ ਦੱਸੂਗਾ ਠੀਕ ਹੈ ਅਗਰ ਤੁਸੀਂ ਕਿਸੇ ਨਾਲ ਇੰਗਲਿਸ਼ ਦੇ ਵਿੱਚ ਗੱਲ ਕਰਨੀ ਹੈ ਆਪਾਂ ਰੂਲ ਦੱਸਾਂਗੇ ਜਿਵੇਂ ਹਨਾ ਆਪਾਂ ਇੱਥੇ ਕਰਾਂਗੇ ਮੈਂ ਤੁਹਾਨੂੰ ਇੱਕ ਹਿੰਟ ਦਿੰਦਾ ਇੱਕ ਮਿੰਟ ਜਿਵੇਂ ਉਹ ਸਕੂਲ ਜਾਂਦਾ ਹੈ ਹਨਾ ਅੱਛਾ ਮੰਨ ਲਓ ਇਸ ਵਾਕ ਤੇ ਆਪਾਂ ਜ਼ੋਰ ਪਾਈ ਗਏ ਉਹ ਸਕੂਲ ਜਾਂਦਾ ਤਾਂ ਹੈ ਜਦੋਂ ਆਪ ਅੱਕੇ ਪਏ ਨਜ਼ਰ ਘਰ ਦੇ ਕੰਮ ਕਹਿੰਦੇ ਯਾਰ ਕਰੀ ਤਾਂ ਜਾਂਣਾ ਯਾਰ ਮੈਂ ਕੰਮ ਯਾਰ ਮੈਂ ਜਾਇ ਤਾਂ ਜਾਂਣਾ ਯਾਰ ਮੈਂ ਫੋਨ ਕਰੀ ਤਾਂ ਜਾਂਣਾ ਸਟੈਂਸ ਚੇਂਜ ਹੋ ਗਿਆ ਉਹ ਫਿਰ ਆਪਾਂ ਪ੍ਰੈਸ ਇਹ ਦੀ ਹੁਣ ਜੇਕਰ ਤੁਹਾਨੂੰ ਆਉਣਗੇ ਹੁਣ ਫੇਰ ਹੀ ਆਪਾਂ ਬਣਾਵਾਂਗੇ ਜਿਸ ਨੂੰ ਆ ਮਟੀਰੀਅਲ ਆਊਗਾ ਫੇਰ ਹੀ ਕਰਾਂਗੇ ਆਪਾਂ ਐ ਕਿਵੇਂ ਕਰ ਲਾਂਗੇ ਤਾਂ ਕਰ ਕਹਿੰਨਾ ਟੈਂਸ ਤੁਹਾਨੂੰ ਜ਼ਰੂਰੀ ਹੈ ਆਪਾਂ ਸਾਰੇ ਕਰਾਂਗੇ ਜਿਵੇਂ ਮੰਨ ਲਓ ਕੋਈ ਕੰਮ ਹੈ ਠੀਕ ਹੈ ਹਰਕਤਾਂ ਸੀ ਮਨੋ ਤੁਹਾਡੀਆਂ ਹਰਕਤਾਂ ਹਰੇਕ ਬੱਚੇ ਚ ਪੈਣ ਵੀ ਹੁੰਦੀਆਂ ਕਈਆਂ ਕਈਆਂ ਚ ਜਦੋਂ ਹਰਕਤ ਵੱਡਿਆਂ ਕੋਲ ਛੱਡਦੀ ਔਰ ਇਹ ਕਵੇ ਵੱਡੇ ਨੂੰ ਵੀ ਮੈਂ ਪਹਿਲਾਂ ਕਰਿਆ ਕਰਦਾ ਸੀ ਜੀ ਹੁਣ ਨਹੀਂ ਮੈਂ ਕਰਦਾ ਹੁਣ ਮੈਂ ਸਿਆਣਾ ਹੋ ਗਿਆ ਉਦੋਂ ਕੀ ਲੱਗੂਗਾ ਯੂਜ਼ਡ ਟੂ ਲੱਗੂਗਾ ਉਹ ਕਰਾਂਗੇ ਆਪਾਂ ਉਹ ਕਿਵੇਂ ਸਮਝ ਲੱਗੂਗਾ ਰਾਜਾ ਚਲੋ ਆਪਾਂ ਸਟ੍ਰਕਚਰ ਪਤਾ ਲੱਗਣਗੇ ਇਹ ਸਟ੍ਰਕਚਰ ਤੁਹਾਨੂੰ ਆਉਣੇ ਜ਼ਰੂਰੀ ਹੈ ਜਿਹੜੇ ਆ ਮੈਂ ਤੁਹਾਨੂੰ ਕਰਵਾ ਰਿਹਾ ਨਾ ਸਟ੍ਰਕਚਰ ਇਸ ਕਰਕੇ ਕਹਿ ਰਿਹਾ ਤੁਹਾਨੂੰ ਵੀ ਵਾਰ-ਵਾਰ ਠੀਕ ਹੈ ਵਾਰ-ਵਾਰ ਕੀ ਹੈ ਇਸ ਗੱਲ ਤੇ ਜ਼ੋਰ ਪਾ ਰਹੇ ਆ ਕਿ ਤੁਸੀਂ ਰਿਵੀਜ਼ਨ ਕਰੋ ਚਲੋ ਆਪਾਂ ਅਗਲੇ ਕਰਦੇ ਆ ਫਿਊਚਰ ਕੰਟੀਨਿਊਸ ਟੈਂਸ ਫਿਊਚਰ ਕੰਟੀਨਿਊਸ ਦੇ ਵਿੱਚ ਕੀ ਹੋਊਗਾ ਰਿਹਾ ਹੋਵੇਗਾ ਰਹੀ ਹੋਵੇਗੀ ਠੀਕ ਹੈ ਰਹੇ ਹੋਣਗੇ ਇਹ ਕੰਮ ਹੁਣ ਸਾਰਾ ਫਿਊਚਰ 'ਚ ਆ ਗਿਆ ਕੋਈ ਕੰਮ ਹੈ ਉਹ ਚੱਲ ਰਿਹਾ ਮਨ ਲਓ ਆਪਾਂ ਫਿਊਚਰ 'ਚ ਕਹਿਣਾ ਠੀਕ ਹੈ ਜਦੋਂ ਮੈਂ ਜਦੋਂ ਮੈਂ ਉੱਥੇ ਪਹੁੰਚਾਂਗਾ ਤਾਂ ਉੱਥੇ ਵਿਆਹ ਚੱਲ ਰਿਹਾ ਹੋਵੇਗਾ ਜਦੋਂ ਮੈਂ ਕਲਾਸ ਵਿੱਚ ਪਹੁੰਚਾਂ ਪਹੁੰਚਾਂਗਾ ਤਾਂ ਲੈਕਚਰ ਚੱਲ ਰਹੇ ਹੋਣਗੇ ਪਤਾ ਲੱਗ ਗਿਆ ਆਪ ਨੂੰ ਆਪਾਂ ਲੇਟ ਆ ਯਾਰ ਕੰਮ ਸ਼ੁਰੂ ਹੋ ਗਿਆ ਹੋਊਗਾ ਆਪਾਂ ਕਹਿੰਨੇ ਆ ਫਿਊਚਰ ਕੰਟੀਨਿਊਸ ਜਿਹੜਾ ਜੀ ਠੀਕ ਹੈ ਸਾਰੇ ਦੇ ਸਾਰੇ ਆਪਾਂ ਗ੍ਰੇਡ ਪਾਵਾਂਗੇ ਆਪਸ ਵਿੱਚ ਫਸਣਗੇ ਵਿੱਚ ਇਹਨਾਂ ਦੀ ਕੋਈ ਫਸਣ ਕਿ ਜਦੋਂ ਆਪਾਂ ਇਹਨਾਂ ਸਾਰਿਆਂ ਦੇ ਜਿਹੜੇ ਹੈਗੇ ਆ ਟੈਂਸ ਚੰਗੀ ਤਰ੍ਹਾਂ ਰੂਲ ਯਾਦ ਹੋਣਗੇ ਰੂਲ ਤੁਹਾਡੇ ਮਾਈਂਡ ਦੇ ਵਿੱਚ ਸੁਪਨੇ ਦੇ ਵਿੱਚ ਘੁੰਮਣਾ ਚਾਹੀਦਾ ਜਦੋਂ ਤੁਹਾਨੂੰ ਸੁਪਨਾ ਆਵੇ ਨਾ ਤਾਂ ਸਬਜੈਕਟ ਸਬਜੈਕਟ ਠੀਕ ਹੈ ਵਰਬ ਐਂ ਕਰੀਆ ਕਰੋ ਜੀ ਬਸ ਕਰਦੇ ਕਹਿਣ ਕਿ ਬਿੱਲਾ ਵੀ ਮੁੰਡਾ ਆਪਣਾ ਪੜਨ ਲੱਗ ਗਿਆ ਠੀਕ ਹੈ ਤੇ ਸੁਪਨੇ ਦੇ ਵਿੱਚ ਤੁਹਾਨੂੰ ਆਇਆ ਕਰਨਾ ਕਿ ਸੁਪਨੇ ਕਿਦੇ ਫਿਊਚਰ ਦੇ ਠੀਕ ਹੈ ਤੇ ਫਿਰ ਤੁਹਾਡਾ ਟੈਂਪੂ ਸੇ ਟੈਂਪੂ ਨੇ ਡਾਟਾ ਹੁੰਦਾ ਹੁਣ ਸਿੱਧਾ ਕਰਨਾ ਆਪਾਂ ਠੀਕ ਹੈ ਜਿਹੜਾ ਟੇਡਾ ਹੈ ਫਿਰ ਮਨ ਲਓ ਹੁਣ ਦੇਖੋ ਇੱਕ ਮੈਂ ਤੁਹਾਨੂੰ 1 ਮਿੰਟ ਲੈਣਾ ਸਕੂਲ ਦੇ ਵਿੱਚ ਤੁਹਾਨੂੰ ਮੈਡਮ ਨੇ ਕਹਤਾ ਵੀ ਮਾਰਨਿੰਗ ਵਕਤ ਤੁਸੀਂ ਐਸੇ ਲਿਖੋ ਸਾਰਾ ਪ੍ਰੈਜ਼ੈਂਟ ਟੈਂਸ ਦਾ ਹੈਗਾ ਮੈਂ ਸਵੇਰੇ ਉੱਠਦਾ ਹਾਂ ਮੈਂ ਸਕੂਲ ਜਾਂਦਾ ਹਾਂ ਮੈਂ ਇੱਥੇ ਜਾਂਦਾ ਮੈਂ ਉੱਥੇ ਜਾਂਦਾ ਮੈਂ ਬੁਰਸ਼ ਕਰਦਾ ਇਹ ਕਰਦਾ ਉਹ ਕਰਦਾ ਤੇ ਕਰਦਾ ਕੀ ਆਪਾਂ ਕਰਦਾ ਹੈ ਦਾ ਦੇਦੀ ਕੀ ਕੀਤਾ ਆਪਾਂ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਤੇ ਡੂਡਾ ਸੀ ਲੱਗਣਾ ਸਾਰਾ ਠੀਕ ਹੈ ਬਣਾਵਾਂਗੇ ਆਪਾਂ ਅੱਗੇ ਜਦੋਂ ਟੈਂਸ ਪੂਰੇ ਹੋ ਗਏ ਆਪਾਂ ਇੱਕ ਸਟੋਰੀ ਸਟੋਰੀ ਬੇਸ ਆਪਾਂ ਇੱਕ ਵੀਡੀਓ ਪਾਵਾਂਗੇ ਇਦਾਂ ਸਟੋਰੀ ਬਣਾਈਦੀ ਹੈ ਤਾਂ ਮੈਂ ਫਿਰ ਕਹਿ ਰਿਹਾ ਟੈਂਸ ਕਰੋ ਬਸ ਚਲੋ ਦੇਖੋ ਰਾਜੀ ਜੀ ਜ਼ਿੰਦਗੀ ਦੇ ਵਿੱਚ ਕੋਈ ਵੀ ਚੀਜ਼ ਦਾ ਸ਼ਾਰਟਕਟ ਨਹੀਂ ਹੁੰਦਾ। ਅਗਰ ਤੁਸੀਂ ਸ਼ਾਰਟਕਟ ਸ਼ਾਰਟਕਟ ਲੱਭਣ ਦੀ ਕੋਸ਼ਿਸ਼ ਕਰੋਗੇ ਤਾਂ ਰਾਜੀ ਇਹ ਪੋਸੀਬਲ ਨਹੀਂ ਹੈਗਾ ਹਾਂ ਤੁਸੀਂ ਤੱਕੇ ਜਰੂ ਖਾਓਗੇ ਆਉਣਾ ਤੁਹਾਨੂੰ ਫਿਰ ਉੱਥੇ ਪਊਗਾ ਘਮ ਘਮਾ ਕੇ ਆਉਣਾ ਉੱਥੇ ਹੀ ਪਊਗਾ। ਜ਼ਿੰਦਗੀ ਵਿੱਚ ਕਿਸੇ ਚੀਜ਼ ਦਾ ਸ਼ਾਰਟਕਟ ਨਹੀਂ ਹੁੰਦਾ। ਬਸ ਮੇਰੀ ਗੱਲ ਪੰਲੇ ਮੰਨ ਲਿਓ। ਐ ਨਹੀਂ ਆ ਵੀ ਸੁੱਤੇ ਪਓ ਹੋਵੋਗੇ ਜਾਂ ਜਾਓ ਕੋਈ ਜਾਓ ਹੁਣ ਮੇਰੇ ਕੋਲ ਆਫਲਾਈਨ ਜਦੋਂ ਮੈਂ ਪੜਾਉਣਾ ਹੁੰਦਾ ਤੇ ਬੱਚੇ ਆ ਜਾਂਦੇ ਨਾ ਵੀ ਮਹੀਨਾ ਪਹਿਲਾਂ ਆ ਜਾਂਦੇ ਆ ਤਾਂ ਵੀ ਸਾਨੂੰ ਕਰਾ ਦਿਓ। ਤਾਂ ਉਹ ਮੇਰੇ ਕੋਲ ਕੋਈ ਹੋਰ ਨਹੀਂ ਬਣਿਆ ਹੋਇਆ ਵੀ ਮੈਂ ਪਿਆ ਦੂੰਗਾ ਤੇ ਵੀ ਵੀ ਪੇਪਰ ਦੇ ਆਉਟਸ ਆ ਤੇ ਨੰਬਰ ਪੂਰੇ ਆ ਜਾਣਗੇ ਉਹ ਕੋਈ ਚੀਜ਼ ਨਹੀਂ ਹੁੰਦੀ ਰਾਜੀ ਓਕੇ ਸ਼ਾਰਟਕਟ ਨਹੀਂ ਹੁੰਦਾ ਤਾਂ ਰਹਾ ਹੈ ਰਹੀ ਹੈ ਰਹੇ ਹੋਣਗੇ ਸਬਜੈਕਟ ਵਿਲ ਉਹੀ ਚੀਜ਼ ਆ ਗਈ ਬੀ ਲੱਗੂਗਾ ਨਾਲ ਇਹਦੇ ਬਸ ਆ ਦੇਖੋ ਬੀ ਬੀ ਠੀਕ ਹੈ ਤੇ ਬੀ ਆ ਸਾਰਾ ਦਾ ਸਾਰਾ ਰੂਲ ਬਿਲਕੁਲ ਸੇਮ ਆ ਗਿਆ ਫਿਊਚਰ ਇਨਡੈਫੀਨੇਟ ਦਾ ਸਾਰੀ ਕਾਪੀ ਪੇਸਟ ਆ ਗਈ ਫਿਊਚਰ ਇਨਡੈਫੀਨੇਟ ਦੀ ਸਬਜੈਕਟ ਵਿਲ ਵਰਬ ਠੀਕ ਹੈ ਨਾਲ ਆਈ ਐਨ ਜੀ ਤਾਂ ਲੱਗੂਗਾ ਕਿਉਂ ਕਿ ਰਹਾ ਹੈ ਕੰਮ ਚੱਲ ਰਿਹਾ ਹੈ ਕੰਮ ਚੱਲ ਰਿਹਾ ਹੈ ਨਾ ਤੇ ਆਈ ਐਨ ਜੀ ਤੇ ਲੱਗੂਗਾ ਹੀ ਲੱਗੂਗਾ ਬਸ ਇੱਥੇ ਕੀ ਹੈ ਵਾਸ ਵਰਤਾਂ ਦੇ ਵਿਲ ਲੱਗਿਆ ਤੇ ਜਿਹੜਾ ਕੰਟੀਨਿਊਸ ਜਿਹੜਾ ਆਪਣਾ ਰੂਲ ਹੈਗਾ ਉਹ ਵੀ ਹੈ ਇਹ ਦੱਸੂਗਾ ਵਿਲ ਵੀ ਮਤਲਬ ਫਿਊਚਰ ਦੇ ਵਿੱਚ ਕੋਈ ਕੰਮ ਚੱਲ ਰਿਹਾ ਹੈ ਓਕੇ ਤਾਂ ਇਹਦੇ ਆਪਾਂ ਫਿਰ ਆਪਾਂ ਆ ਦੇਖੋ ਲਿਖਿਆ ਮੈਂ ਸਾਰਿਆਂ ਨਾਲ ਕੀ ਲੱਗੂਗਾ ਵਿਲ ਸਾਰਿਆਂ ਨਾਲ ਹੀ ਵਿਲ ਲੱਗੂਗਾ ਤੇ ਨਾਲ ਤਾਂ ਵੀ ਤਾਕਨੇ ਲੱਗਣਾ ਹੈ ਠੀਕ ਹੈ ਅਸੀਂ ਸਕੂਲ ਜਾ ਰਹੇ ਜਾ ਰਹੇ ਹੋਵਾਂਗੇ ਆਪਾਂ ਦੱਸ ਰਹੇ ਹਾਂ ਤਾਂ ਮੈਂ ਕੀ ਦੱਸਿਆ ਸਬਜੈਕਟ ਰੂਲ ਉਹੀ ਹੈ ਧਿਆਨ ਨਾਲ ਵੇਖੋ ਰੂਲ ਉਹੀ ਆਪਣਾ ਸਬਜੈਕਟ ਕੀ ਆਪਣੇ ਕੋਲੇ ਲਿਖ ਲਓ ਵੀ ਪਿੱਛੋਂ ਲੱਗ ਜੋ ਚਲੋ ਪਿੱਛੋਂ ਲੱਗੋ ਕੀ ਹੈ ਰਹੇ ਹੋਵਣਗੇ ਪਤਾ ਲੱਗ ਗਿਆ ਭਾਈ ਸਾਹਿਬ ਜੀ ਕੀ ਹੈ ਟੈਂਸ ਫਿਊਚਰ ਕੰਟੀਨਿਊਸ ਹੈ ਪੜਿਆ ਆਪਾਂ ਕੀ ਪੜਿਆ ਆਪਾਂ ਵਿਲ ਬੀ ਲੱਗੂਗਾ ਮੈਨੂੰ ਦੱਸਿਆ ਕਿਨੇ ਸਰ ਨੇ ਦੱਸਿਆ ਵੀ ਵਿਲ ਵੀ ਯੂਜ਼ ਹੋਣਾ ਹੈ ਫਿਰ ਲੱਗੂ ਵਰਬ ਦੀ ਫਰਸਟ ਫਾਰਮ ਆ ਆ ਗਿਆ ਜਾਣਾ ਆ ਕਰ ਲੈਣ ਦੋ ਇੱਥੇ ਆ ਗਏ ਜਾਣਾ ਜਾਣਾ ਕੀ ਹੁੰਦਾ ਗੋ ਇੰਗ ਗੋਇੰਗ ਕਿੱਥੇ ਜਾ ਰਹੇ ਆਪਾਂ ਟੂ ਸਕੂਲ ਅ ਟੂ ਕਿੱਥੇ ਲੱਗਣਾ 4 ਕਿੱਥੇ ਲੱਗਣਾ ਦਾ ਕਿੱਥੇ ਲੱਗਣਾ ਆਪਾਂ ਨੈਕਸਟ ਵੀਡੀਓ ਚ ਕਰਾਂਗੇ ਪਰ ਪੋਜੀਸ਼ਨ ਦੇ ਵਿੱਚ ਸਾਰਾ ਕੁਝ ਬਿਲਕੁਲ ਦੇਸੀ ਤਰੀਕਾ ਨਾਲ ਕਰਾਂਗੇ ਤੁਹਾਡੇ ਮਾਈਂਡ ਦੇ ਵਿੱਚ ਤਲਕ ਦੇ ਜਾਣਗੇ ਠੀਕ ਹੈ ਮੀ ਪੈਰਿਆ ਹੋਵੇਗਾ ਹੁਣ ਸਬਜੈਕਟ ਹੈ ਨਹੀਂ ਇਹਦੇ ਵਿੱਚ ਕਿ ਹੈ ਨਾ ਕਿ ਇਟ ਵਿਲ ਬੀ ਰੇਨਿੰਗ ਓਕੇ ਇਟ ਵਿਲ ਬੀ ਰੇਨਿੰਗ ਕਿਉਂਕਿ ਪੈਣਾ ਦਾ ਕੋਈ ਮਤਲਬ ਤੁਹਾਨੂੰ ਜਦੋਂ ਤੁਸੀਂ ਅੱਗੇ ਜਾਓਗੇ ਨਾ ਸਾਰੇ ਗੁਰ ਪੜਾਂਗੇ ਪੈਣਾ ਕੋਈ ਵਰਬ ਨਹੀਂ ਹੁੰਦੀ ਠੀਕ ਹੈ ਮੀ ਜਿਹੜਾ ਇਹ ਵਰਬ ਹੈ ਰੇਨ ਵਰਬ ਹੁੰਦੀ ਹੈ ਇਸ ਕਰਕੇ ਆਪਾਂ ਦੇਖਣਾ ਇਹ ਵਰਬ ਸੀ ਨਾ ਇੱਥੇ ਵਰਬ ਨਹੀਂ ਆਇਆਗਾ ਹੁਣ ਪੈਣਾ ਇਹ ਦੱਸ ਰਿਹਾ ਵੀ ਪੈ ਰਿਹਾ ਹੈ ਠੀਕ ਹੈ ਪੈਣਾ ਮੀ ਪੈਣਾ ਮਤਲਬ ਚੱਲ ਰਿਹਾ ਮੀ ਰੁਕਿਆ ਨਹੀਂ ਹੋਇਆ ਇਸ ਕਰਕੇ ਦੇ ਵਿੱਚ ਸਬਜੈਕਟ ਨਾ ਹੋਣ ਕਰਕੇ ਆਪਾਂ ਇਟ ਦੀ ਯੂਜ਼ ਕਰਾਂਗੇ ਓਕੇ ਜਿਹੜਾ ਮੈਕਸ ਨੂੰ ਦੱਸਿਆ ਹੀ ਹੋਇਆ ਆ ਦੇਖੋ ਇਟ ਓਕੇ ਚਲੋ ਕੀ ਤੁਸੀਂ ਫੁੱਲ ਤੋੜ ਰਹੇ ਹੋਵੋਗੇ ਆਪਾਂ ਕਿਸ ਨੂੰ ਕਹੇ ਨਾ ਕਿ ਤੂੰ ਚੱਲ ਤੇ ਮੈਂ ਆਇਆ ਹਨਾ ਪਗਣਾ ਵੀ ਤੂੰ ਚੱਲ 20 ਮਿੰਟਾਂ ਨੂੰ ਉਦੋਂ ਤੂੰ ਤੋੜੀ ਜਾਂਦਾ ਹੋਏਗਾ ਬੋਲ ਯਾਰ ਤੂੰ ਕੰਮ ਕਰੀ ਜਾਂਦਾ ਹੋਏਗਾ ਤਾਂ ਉੱਥੇ ਅਸੀਂ ਕੀ ਲਾਵਾਂਗੇ ਫਿਊਚਰ ਕੰਟੀਨਿਊਸ ਚਲੋ ਕੀ ਆ ਇਹ ਯੂ ਮਤਲਬ ਤੁਸੀਂ ਕੀ ਹਿੰਦਾ ਯੂ ਯੂ ਅਚਾਨ ਇੰਟਰੋਗੇਟਿਵ ਆ ਤਾਂ ਕੀ ਲਾਵਾਂਗੇ ਵਿਲ ਇੱਥੇ ਬੀ ਆ ਦੇਖੋ ਵਿਲ ਸਬਜੈਕਟ ਬੀ ਵਰਡ ਦੀ ਫਸਟ ਫਾਰਮ ਤੋੜਨਾ ਕੀ ਹਿੰਦਾ ਪਲਕਿੰਗ ਪਲਕਿੰਗ ਦਾ ਫਲਾਵਰ ਓਕੇ ਪਿਛੇ ਕੁਐਸਚਨ ਮਾਰਕ ਲੱਗ ਜਾਏਗਾ ਉਹ ਕਿੱਥੇ ਖਾਣਾ ਖਾ ਰਹੇ ਹੋਵਣਗੇ ਆਪਾਂ ਮਨ ਨੂੰ ਪੁੱਛਗੇ ਨਾ ਮੰਨ ਲਓ ਵੀ ਆ ਜੀ ਉੱਥੇ ਆਪਾਂ ਕਹਿੰਦੇ ਕਿੱਥੇ ਖਾਈ ਜਾਂਦੇ ਹੋਣਗੇ ਆਪਾਂ ਅਸੀਂ ਉੱਥੇ ਆ ਜੰਦੇ ਆ ਹਨਾ ਸਟੋਰੀਆਂ ਜੱਪ ਕਰਾਂਗੇ ਜਦੋਂ ਮਨ ਘੜਤ ਕਰਾਂਗੇ ਆਪਾਂ ਸਟੋਰੀਆਂ ਤੇ ਸਬਜੈਕਟ ਧਾਰੋ ਅੱਛਾ ਹੁਣ ਇੱਕ ਅਸਪੈਕਟ ਧਾਰ ਲੈ ਮਨ ਲਓ ਕੀ ਉਹ ਉਹ ਮਤਲਬ ਜਾ ਰਜਣੇ ਦੀ ਕਿੱਥੇ ਕਿੱਥੇ ਕਿਹੜਾ ਕਿਵੇਂ ਕੁਐਸਚਨ ਮਾਰਕ ਆਪਾਂ ਅੱਗੇ ਲਾਵਾਂਗੇ ਥੇਰ ਤੇ ਪਤਾ ਲੱਗ ਗਿਆ ਵੀ ਥੇਰ ਦੇ ਨਾਲ ਕੀ ਲੱਗਦਾ ਹੁੰਦਾ ਦੇ ਕੀ ਹੈ ਵਰਨ ਲਓ ਜੀ ਥੋੜਾ ਥੱਲੇ ਖ ਲੈਣੇ ਆਪਾਂ were were there were they there were they ਅੱਗੇ ਲੱਗੂਗਾ ਦੇਖੋ ਇੱਥੇ ਪਹੁੰਚ ਕੇ ਇੱਥੇ ਪਹੁੰਚ ਕੇ ਇੱਥੇ ਪਹੁੰਚ ਕੇ ਨਾਲ ਲੱਗੂਗਾ ਬੀ ਇਹ ਭੁੱਲਣਾ ਨਹੀਂ ਹੈਗਾ ਬੀ ਇਹ ਤੁਸੀਂ ਮੈਨੂੰ ਪਤਾ ਭੁੱਲੋਗੇ ਓਕੇ ਤੇ ਫਿਰ ਜਿਹੜਾ ਖਾਣਾ ਕੀ ਹੁੰਦਾ ਈਟਿੰਗ ਈਟ ਨਾਲ ਆਈ ਐਨ ਜੀ ਈਟਿੰਗ ਦਾ ਫੂਡ ਓਕੇ ਲੱਗੇ ਸਮਝ ਸਾਰਿਆਂ ਨੂੰ ਇਹ ਵੀਡੀਓ ਤੁਹਾਡੇ ਕੋਲ ਹੀ ਹੈ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਕਸਾ ਦਿਓ ਵੇਖ-ਵੇਖ ਕੇ ਠੀਕ ਹੈ ਕਸਾ ਦਿਓ ਤੁਹਾਡੇ ਕੋਲ ਹੀ ਹੈ ਨਾ ਕਿ ਸੰਗਲ ਸ਼ਰਮ ਹੈ ਇਹ ਕਿਹੜਾ ਆਫਲਾਈਨ ਆਪਣੇ ਕੋਲ ਹੀ ਵੀ ਮੈਂ ਦੁਬਾਰਾ ਪੁੱਛਿਆ ਤਾਂ ਸਮਝ ਨਹੀਂ ਆਣੀ ਸਾਰੇ ਰੂਲ ਆਪਾਂ ਚੰਗੀ ਤਰ੍ਹਾਂ ਕੀਤੇ ਆ ਤੁਸੀਂ ਬਿਲਕੁਲ ਵਧੀਆ ਤਰੀਕੇ ਨਾਲ ਇਹ ਜਿਹੜਾ ਹੈਗਾ ਇਹਨੂੰ ਯੂਟਿਲਾਈਜ਼ ਕਰੋ ਠੀਕ ਹੈ ਪੋਜ਼ਿਟਿਵ ਦੇ ਲਿਖੇ ਨਾਲ ਠੀਕ ਹੈ ਫਿਰ ਆਪਾਂ ਅੱਗੇ ਕਰਾਂਗੇ ਪਰਫੈਕਟ ਓਕੇ ਫਿਰ ਆਪਾਂ ਅੱਗੇ ਕਰਾਂਗੇ ਪਰਫੈਕਟ ਕੈਂਸਲ ਠੀਕ ਹੈ ਫੈਕਟੀ ਆਪਾਂ ਸਾਰੇ ਕਰ ਲਾਂਗੇ ਪਾਸਟ ਪ੍ਰੈਜ਼ੈਂਟ ਤੇ ਫਿਊਚਰ ਇੱਕ ਤੇਨੇ ਕਰ ਲਾਂਗੇ ਉਸ ਤੋਂ ਬਾਅਦ ਤੁਸੀਂ ਵਰਬ ਤਿਆਰ ਕਰਕੇ ਰੱਖੋ ਇਹਨਾਂ ਦੀ ਰਿਵੀਜ਼ਨ ਕਰਕੇ ਰੱਖੋ ਫਿਰ ਮੈਂ ਕੱਲ ਨੂੰ ਮਹਾਂ ਸੱਚ ਮੈਂ ਦੱਸਣਾ ਭੁੱਲ ਗਿਆ ਕੱਲ ਨੂੰ ਤੁਹਾਨੂੰ ਪ੍ਰੈਜ਼ੈਂਟ ਇਨਡੈਫਿਨਿਟ ਪਾਸਟ ਇਨਡੈਫਿਨਿਟ ਫਿਊਚਰ ਇਨਡੈਫਿਨਿਟ ਤੇ ਉੱਪਰ ਇੱਕ ਇਹ ਪਲੱਸ ਕੰਟੀਨਿਊਸ ਦੋਨਾਂ ਨੂੰ ਮਿਲਾ ਕੇ ਇੱਕ ਮੈਂ 10 ਤੋਂ 12 ਕੁਐਸਚਨ ਪਾਉਂਗਾ ਠੀਕ ਹੈ ਔਰ ਜਿਹੜਾ ਤੁਸੀਂ ਟੈਸਟ ਸੋਲਵ ਕਰਨਾ ਉਹ ਫਿਰ ਮੋਂ ਦਾ ਸੋਲੂਸ਼ਨ ਵੀਡੀਓ ਦੇ ਵਿੱਚ ਪਾ ਕੇ ਮੈਂ ਦੱਸ ਦਊਗਾ ਠੀਕ ਹੈ ਤੇ ਤੁਸੀਂ ਦੱਸਣਾ ਫਿਰ ਆਪਾਂ ਟੈਸਟ ਵੀ ਨਾਲ ਨਾਲ ਰੱਖਾਂਗੇ ਨਾ ਫਿਰ ਤੁਹਾਨੂੰ ਟੈਸਟ ਤੁਹਾਨੂੰ ਜ਼ਰੂਰੀ ਹੈ ਹਨਾ ਤੇ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਦੱਸਣਾ ਸਬਸਕ੍ਰਾਈਬ ਕਰੋ ਚੈਨਲ ਨੂੰ ਜਿਹੜੇ ਨਵੇਂ ਆ ਇਸ ਚੈਨਲ ਤੇ ਕਿਉਂਕਿ ਆਪਾਂ ਸਾਰੀ ਇੰਗਲਿਸ਼ ਕਰਾਂਗੇ ਉਸ ਤੋਂ ਬਾਅਦ ਜਿਹੜਾ ਤੁਸੀਂ ਡਿਮਾਂਡ ਕਰੋਗੇ ਇਹ ਨਹੀਂ ਹੈਗੇ ਆਪਾਂ ਇਕੱਲੇ ਇੰਗਲਿਸ਼ ਕਰਨੀ ਹੈ ਕਿਉਂਕਿ ਤਿਆਰੀ ਆਪਣੀ ਸਿਵਲ ਦੇ ਲੈਵਲ ਮਤਲਬ ਵੱਡੇ ਲੈਵਲ ਦੀ تیاری ਚੱਲ ਰਹੀ ਹੈ ਸਾਰੇ ਤੇ ਸਾਰੇ ਸਬਜੈਕਟ ਆਪਣੀ ਓਕੇ ਹੈ ਠੀਕ ਹੈ ਜੀਓਗ੍ਰਾਫੀ ਕਹੋਗੇ ਪੋਸਟ ਅਡਡ ਕਰ ਲਾਂਗੇ ਐਸਐਸ ਦੇ ਵਿੱਚ ਠੀਕ ਹੈ ਜੋ ਵੀ ਸਬਜੈਕਟ ਕਹੋਗੇ ਕੋਈ ਚੱਕਰ ਨਹੀਂ ਹੈਗਾ ਮੈਥ ਜਿਹੜਾ ਜਿਹੜਾ ਮੈਥਨ ਦਾ ਜੇ ਮੈਥ ਮੈਂ ਆਫਲਾਈਨ ਹੀ ਪੜਾਉਣ ਨੂੰ ਪ੍ਰੇਫਰ ਕਰਦਾ ਹੁੰਦਾ ਕਿਉਂਕਿ ਮੈਥ ਤੁਹਾਨੂੰ ਸਮਝ ਨਹੀਂ ਆਉਣਾਗਾ ਇਹਦੇ ਵਿੱਚ ਰੂਲ ਹੈ ਇਹ ਤੁਸੀਂ ਰੱਟਾ ਲਾਉਣਾ ਹੈ ਇਹ ਮੈਥ ਵਿੱਚ ਕਦੇ ਰੱਟਾ ਹੀ ਨਹੀਂ ਲੱਗਦਾ ਮੈਥ ਵਿੱਚ ਤੁਹਾਡੀ ਪ੍ਰੋਬਲਮਸ ਹੋ ਸਕਦੀਆਂ ਕਿਸੇ ਦਿਨ ਜ਼ਿਆਦੀਆਂ ਕਿਸੇ ਦਿਨ ਘੱਟ ਹੈ ਉਹ ਮੈਥ ਜਿਹੜਾ ਜਿਹੜਾ ਉਹ ਆਨਲਾਈਨ ਜਿਹੜਾ ਹੈਗਾ ਉਹ ਇੰਨਾ ਮੇਰੇ ਹਿਸਾਬ ਨਾਲ ਨਹੀਂ ਹੈਗਾ ਕਿਉਂਕਿ ਜਿਹੜਾ ਬੱਚਾ 70% ਹੈ ਨਾ ਘੱਟੋ ਘੱਟ ਉਹ ਆਨਲਾਈਨ ਜਿਹੜਾ 70 ਥੱਲੇ ਆ 60 ਥੱਲੇ ਆ ਉਹ ਬੱਚਾ ਉੱਪਰੋਂ ਗੋਕੀ ਦੇਖੋ 10ਵੀਂ ਕਲਾਸ ਦੇ ਵਿੱਚ ਰੂਲ 7ਵੀਂ 6ਵੀਂ 9ਵੀਂ ਤੇ ਲੱਗਨੇ ਆ ਉਹ ਫਿਰ ਇੱਥੇ ਮੈਨੂੰ 10 ਨਹੀਂ ਸਕਦਾ ਨਾ ਤਾਂ ਉਹ ਫਿਰ ਨਹੀਂ ਹੁੰਦਾ ਓਕੇ ਤਾਂ ਓਕੇ ਥੈਂਕਸ ਗਾਇਜ਼ ਸਟੂਡੈਂਟਸ ਆਪਾਂ ਤੁਸੀਂ ਆਪਾਂ ਫਿਰ ਅਗਲੀ ਨੈਕਸਟ ਵੀਡੀਓ ਚ ਮਿਲਦੇ ਆ ਥੈਂਕ ਯੂ